ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई कीती जावेगी। जज दा विचार। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਚੱਜ ਦਾ ਵਿਚਾਰ ਪ੍ਰੋਗਰਾਮ ਤੇ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਮੇਰੇ ਨਾਲ ਨੇ ਮੈਡਮ ਹਰਮਨ ਥਿੰਦੋਰੀ। ਬਿਲਕੁਲ ਸਹੀ ਕਿਹਾ ਤੁਸੀਂ। ਹੋਰ ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਕਿਵੇਂ ਦਾ ਮਹਿਸੂਸ ਕਰਦੇ ਹੋ ਇਸ ਟੇਬਲ ਇਸ ਕੁਰਸੀ ਦੇ ਉੱਪਰ ਬੈਠ ਕੇ? ਦੇਖੋ ਗੱਲ ਇਹ ਹੈ ਕਿ ਹੌਲੀ ਹੌਲੀ ਬੰਦਾ ਨਾ ਕਿਸੇ ਵੀ ਕੰਮ ਦੇ ਨਾਲ ਜੁੜਿਆ ਹੋਵੇ ਪੱਕ ਜਾਂਦਾ। ਬਿਲਕੁਲ ਸਹੀ, ਰੜ ਜਾਂਦਾ। ਹਾਂਜੀ, ਸਾਡੇ ਮਾਲਵੇ ਚ ਕਹਿੰਦੇ ਹੁੰਦੇ ਵੀ ਰੜ ਜਾਣਾ, ਇੱਕ ਹੁੰਦਾ ਪੜ੍ਹਨਾ ਇੱਕ ਹੁੰਦਾ ਕੱਢਣਾ। ਅੱਛਾ, ਜਿਹੜਾ ਕੱਢਣਾ ਨਾ, ਹਾਂਜੀ, ਉਹਦੇ ਅਰਥ ਆ ਜਿਹੜੇ ਉਹ ਹੋਰ ਵੀ ਦਿਲ ਦੀਆਂ ਗਹਿਰਾਈਆਂ ਚੋਂ ਨਿਕਲਦੇ ਆ। ਕਿਆ ਬਾਤ! ਠੀਕ ਆ, ਉਹ ਜ਼ਿੰਦਗੀ ਦੇ ਤਜਰਬੇ ਦੇ ਨਾਲ ਜੁੜੀਆਂ ਹੁੰਦੀਆਂ ਗੱਲਾਂ। ਤੇ ਮੈਨੂੰ ਤੁਸੀਂ ਜਿਹੜਾ ਇੱਥੇ ਬਿਠਾ ਕੇ ਇੱਕ ਨਵਾਂ ਤਜਰਬਾ ਕਰ ਰਹੇ ਹੋ, ਮੈਂ ਹਾਲੇ ਪਰਪੱਕ ਨਹੀਂ ਆਪਣੇ ਆਪ ਨੂੰ ਮੰਨਦਾ ਇਸ ਮਸਲੇ ਦੇ ਲਈ, ਪਰ ਫਿਰ ਵੀ ਦੇਖੋ ਗੱਲ ਇਹ ਹੈ ਕਿ ਵਿਚਾਰਾਂ ਦੀ ਸਾਂਝ ਪਾਉਣ ਦੀ ਗੱਲ ਹੁੰਦੀ ਹੈ। ਹਾਂਜੀ, ਵਿਚਾਰਾਂ ਦੀ ਸਾਂਝ ਪੈ ਰਹੀ ਹੈ। ਹਾਂਜੀ, ਹੋਰ ਵੀ ਪਊਗੀ। ਹਾਂਜੀ, ਤੇ ਜਿਵੇਂ ਜਿਵੇਂ ਪਊਗੀ ਤਜਰਬੇ ਵੀ ਚੰਗੇ ਹੋਣਗੇ ਤੇ ਨਤੀਜਾ ਵੀ ਚੰਗਾ ਹੋਊਗਾ। ਬਿਲਕੁਲ ਸਹੀ ਕਿਹਾ ਤੁਸੀਂ ਸਰ। ਅੱਜ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ ਮੈਂ ਇੱਕ ਚੱਜ ਦਾ ਵਿਚਾਰ ਲੈ ਕੇ ਆਈ ਹਾਂ, ਤੇ ਮੈਂ ਚਾਹੁੰਦੀ ਹਾਂ ਵੀ ਆਪਾਂ ਉਹਦੇ ਤੇ ਚੱਜ ਜ਼ਰੂਰ ਮਾਰੀਏ। ਬਿਲਕੁਲ, ਥੋੜਾ ਧਿਆਨ ਨਾਲ ਸੁਣਿਓ ਜੀ, ਕਿਉਂਕਿ ਮੈਂ ਨਾ ਸਹੀ ਦੱਸਾਂ ਬੜੀ ਮੁਸ਼ਕਲ ਰਟਿਆ। ਅੱਛਾ, ਚੱਜ ਦਾ ਵਿਚਾਰ ਤੇ ਇਸ ਲਈ ਮੈਂ ਚਾਹੁੰਦੀ ਵੀ ਥੋੜਾ ਧਿਆਨ ਦੇ ਕੇ ਤੁਸੀਂ ਸੁਣੋ। ਦੇਖੋ ਜੇ ਤੁਸੀਂ ਰਟਿਆ ਨਾ, ਇਹਦਾ ਮਤਲਬ ਕੋਈ ਔਖੀਆਂ ਸਤਰਾਂ? ਹਾਂ, ਬੜੀਆਂ ਔਖੀਆਂ ਜੀਆਂ ਸਤਰਾਂ ਨੇ। ਵੈਸੇ ਪਹਿਲਾਂ ਮੇਰੇ ਵੀ ਪੱਲੇ ਨਹੀਂ ਸੀ ਪਈਆਂ, ਉਹਦਾ ਰੀਜ਼ਨ ਇਹ ਹੈ ਕਿ ਅਸੀਂ ਅੰਗਰੇਜ਼ੀ 'ਚ, ਫਿਰ ਹੁਣ ਮੈਨੂੰ ਪਤਾ ਵੀ ਮੈਂ ਇੱਥੇ ਬੈਠ ਕੇ ਜਿਹੜੀ ਅੰਗਰੇਜ਼ੀ ਆ ਉਹਦੀ ਵਰਤੋਂ ਨਹੀਂ ਕਰ ਸਕਦੀ, ਇਸ ਲਈ ਮੈਂ ਬੜੀ ਮੁਸ਼ਕਲ ਨਾਲ ਉਹਨੂੰ ਪਹਿਲਾਂ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਮੈਂ ਹਮੇਸ਼ਾ ਨਾ ਟੋਕਦਾ ਤਾਂ ਹੁੰਨਾ ਹਾਂਜੀ ਕਿ ਕਿਸੇ ਬੋਲੀ ਦੇ ਵਿੱਚ ਦੂਜੀ ਬੋਲੀ ਦਾ ਪ੍ਰਭਾਵ ਨਾ ਆਵੇ। ਹਾਂਜੀ, ਕਿਉਂਕਿ ਮੇਰੀ ਮਾਂ ਤੇ ਮੇਰੀ ਮਾਂ ਬੋਲੀ ਦੋਵੇਂ ਸਕੀਆਂ ਭੈਣਾਂ ਨੇ। ਠੀਕ ਆ, ਮੈਂ ਚਾਹੁੰਦਾ ਕਿ ਮਾਂ ਬੋਲੀ ਦੇ ਵਿੱਚ ਸ਼ੁੱਧਤਾ ਹੋਵੇ, ਜਿਵੇਂ ਮੈਂ ਅੱਗੇ ਵੀ ਕਹਿਣਾ ਹੁੰਦਾ। ਚਲੋ ਸੁਣਾਓ ਤੁਸੀਂ। ਨਹੀਂ, ਮੈਂ ਤਾਂ ਬਹੁਤ ਕਰਮਾਂ ਵਾਲੀ ਹਾਂ, ਸੱਚੀ ਗੱਲ ਹੈ ਵੀ ਮੈਨੂੰ ਐ ਲੱਗਦਾ ਵੀ ਮੈਂ ਜਿਹੜੇ ਜਿਹੜੇ ਅੱਖਰਾਂ ਬਾਰੇ ਸ਼ਬਦਾਂ ਬਾਰੇ ਮੈਨੂੰ ਨਹੀਂ ਸੀ ਪਤਾ, ਉਹਨਾਂ ਦੀ ਜਾਣਕਾਰੀ ਮੈਂ ਜ਼ਰੂਰ ਤੁਹਾਡੇ ਤੋਂ ਲਾਂਗੀ। ਐਂਡ ਮੈਨੂੰ ਇਹ ਬੜੀ ਖੁਸ਼ੀ ਹੈ, ਪੂਰਾ ਸੈਂਟੈਂਸ ਪੂਰਾ ਵਾਕ ਜਿਹੜਾ ਉਹ ਮੈਂ ਪੰਜਾਬੀ 'ਚ ਬੋਲਦਾ। ਅੱਛਾ, ਜਿਹੜੇ ਚੱਜ ਦੇ ਵਿਚਾਰ ਦੀ ਮੈਂ ਗੱਲ ਕਰ ਰਹੀ ਸੀ, ਕਹਿੰਦੇ ਕਿ ਜੇਕਰ ਤੁਸੀਂ ਇੱਕ ਖੁਸ਼ਨੁਮਾ ਅੰਤ ਦੀ ਤਲਾਸ਼ 'ਚੋਂ ਜੀ ਜੇਕਰ ਤੁਸੀਂ ਇੱਕ ਖੁਸ਼ਨੁਮਾ ਅੰਤ ਦੀ ਤਲਾਸ਼ 'ਚੋਂ ਤੇ ਉਹ ਤੁਹਾਨੂੰ ਅੰਤ ਜਿਹੜਾ ਕਿਤੇ ਨਜ਼ਰ ਨਹੀਂ ਆ ਰਿਹਾ, ਤਾਂ ਹੋ ਸਕਦਾ ਕਿ ਇਹ ਇੱਕ ਨਵੀਂ ਸ਼ੁਰੂਆਤ ਦੀ ਭਾਲ ਕਰਨ ਦਾ ਟਾਈਮ ਹੋਵੇ। ਵਾਹ, ਸਹੀ ਗੱਲ ਹੈ ਇਹ। ਮੈਂ ਇਸ ਚੱਜ ਦੇ ਵਿਚਾਰ ਦੇ ਵਿੱਚੋਂ ਨਾ ਇੱਕ ਹਿੰਮਤ ਦੀ ਉਦਾਹਰਣ ਆ ਜਿਹੜੀ ਉਹ ਮੈਨੂੰ ਮਿਲਦੀ ਹੈ। ਅਸਲ ਦੇ ਵਿੱਚ ਆਪਾਂ ਪੜ੍ਹਿਆ ਵੀ ਹੈ ਬੜੀ ਵਾਰ ਕਿ ਬੇਹਿੰਮਤ ਹੀ ਸ਼ਿਕਵਾ ਕਰਨ ਮੁਕੱਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਇਸ ਚੱਜ ਦੇ ਵਿਚਾਰ ਦੇ ਵਿੱਚੋਂ ਮੈਨੂੰ ਇਹੀ ਭਾਵਨਾ ਨਜ਼ਰ ਆਈ ਹੈ। ਕੀ ਬਾਤ ਹੈ, ਥੈਂਕ ਯੂ। ਅੱਛਾ, ਸਭ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਆਪਾਂ ਜਿੱਦਾਂ ਤੁਸੀਂ ਮਾਂ ਬੋਲੀ ਦੀ ਗੱਲ ਕੀਤੀ ਸੀ ਤਾਂ ਉਹਦੇ ਨਾਲ ਜੁੜੀ ਹੋਈ ਗੱਲ ਹੀ ਅੱਗੇ ਤੋਰੀ। ਬਿਲਕੁਲ ਸਹੀ, ਹੈ ਨਾ। ਮੈਂ ਸਰ ਖਬਰਾਂ ਦੇ ਵਿੱਚ ਪੜ੍ਹ ਰਹੀ ਸੀ, ਕਹਿੰਦੇ ਕਿ ਸੁਰਜੀਤ ਪਾਤਰ ਹੋਰਾਂ ਨੂੰ ਪੰਜਾਬ ਕਲਾ ਕੌਂਸਲ ਜਿਹੜਾ ਚੇਅਰਪਰਸਨ ਹੈ ਉਹ ਬਣਾ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜੀ ਉਹ ਕੁਰਸੀ ਹੈ ਉਹਦੇ ਉੱਪਰ ਬਿਠਾ ਦਿੱਤਾ ਗਿਆ। ਬਿਲਕੁਲ, ਇਹ ਬੜੀ ਵਧੀਆ ਗੱਲ ਹੈ ਵੈਸੇ ਹਰਮਨ ਜੀ। ਹਾਂਜੀ, ਕਾਰਨ ਇਹ ਹੈ ਕਿ ਜਦੋਂ ਸਰਕਾਰਾਂ ਬਦਲਦੀਆਂ ਨਾ ਉਸ ਤੋਂ ਬਾਅਦ ਬੜਾ ਕੁਝ ਬਦਲਦਾ। ਬਿਲਕੁਲ, ਕਿਉਂਕਿ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਬਦਲ ਜਾਂਦੇ ਆ, ਵੱਖ ਵੱਖ ਵਿਭਾਗਾਂ ਦੀਆਂ ਚੇਅਰਮੈਨੀਆਂ ਬਦਲ ਜਾਂਦੀਆਂ, ਪਰ ਸਰਕਾਰੀ ਨਿਯੁਕਤੀਆਂ ਹੁੰਦੀਆਂ ਜਿਹੜੀਆਂ ਉਹ ਕਈ ਵਾਰ ਮਨ ਨੂੰ ਇੰਨੀ ਕੁ ਠੰਡਕ ਦੇਣ ਵਾਲੀਆਂ ਹੁੰਦੀਆਂ, ਤੁਹਾਨੂੰ ਜਾਪਦਾ ਵੀ ਇਹ ਜਿਹੜਾ ਵਿਅਕਤੀ ਆ ਇਹ ਸੰਬੰਧਿਤ ਕੁਰਸੀ ਦਾ ਸੱਚੀ ਮੁੱਚੀ ਅਸਲ ਅਰਥਾਂ ਦੇ ਵਿੱਚ ਹੱਕਦਾਰ ਸੀ। ਬਿਲਕੁਲ ਸਹੀ ਗੱਲ, ਮਤਲਬ ਕਈ ਨਾਮ ਇਹੋ ਜਿਹੇ ਹੁੰਦੇ ਨੇ ਜਦੋਂ ਉਹ ਕਿਸੇ ਵੀ ਮਹਿਕਮੇ ਦੀ ਕੁਰਸੀ ਦੇ ਨਾਲ ਜੁੜਦੇ ਨੇ ਨਾ ਤੇ ਬੰਦੇ ਨੂੰ ਆਪਣੇ ਆਪ ਇੱਕ ਧਰਵਾਸ ਮਿਲ ਜਾਂਦੀ ਹੈ, ਕਹਿ ਲਓ ਆਪਣੇ ਆਪ ਇੱਕ ਹੌਸਲਾ ਹੋ ਜਾਂਦਾ ਕਿ ਹੁਣ ਡੈਫੀਨੇਟਲੀ ਅੱਗੇ ਕੁਛ ਨਾ ਕੁਛ ਵਧੀਆ ਹੀ ਹੋਣ ਵਾਲਾ ਕੁਛ ਵੀ। ਮੈਨੂੰ ਨਾ ਇਹ ਜਾਪਦਾ ਕਿ ਜਿਹੜੇ ਪਾਤਰ ਸਾਹਿਬ ਨੇ, ਹਾਂਜੀ, ਉਹਨਾਂ ਦਾ ਕੱਦ ਬਹੁਤ ਉੱਚਾ, ਬਿਲਕੁ�ਲ ਸਹੀ, ਬਹੁਤ ਸੁੱਚਾ ਵਿਅਕਤੀਤਵ ਉਹਨਾਂ ਦਾ। ਬਿਲਕੁਲ, ਉਹਨਾਂ ਨੂੰ ਅਸੀਂ ਨਿੱਕੇ ਹੁੰਦਿਆਂ ਤੋਂ ਲੈ ਕੇ ਪੜ੍ਹਦੇ ਆਏ ਆ, ਕੀ ਬਾਤ ਹੈ, ਵਿਸ਼ੇ ਦੇ ਵਿੱਚ ਕਿਤਾਬਾਂ ਦੇ ਵਿੱਚ, ਹਾਂਜੀ, ਤੇ ਉਹਨਾਂ ਦੀਆਂ ਗਜ਼ਲਾਂ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਮੈਨੂੰ ਕਦੇ ਕਦੇ ਜਾਪਦਾ ਹੁੰਦਾ ਕਿ ਅਸੀਂ ਦੋ ਸ਼ਬਦ ਬੋਲਣ ਦੇ ਦੋ ਸ਼ਬਦ ਲਿਖਣ ਦੇ ਸਮਰੱਥ ਹੋਏ ਆ, ਕੁਛ ਝਰੀਟਣ ਦੇ ਸਮਰੱਥ ਹੋਏ ਆ। ਹਾਂਜੀ, ਸੋ ਪਾਤਰ ਸਾਹਿਬ ਨੂੰ ਜਿਹੜੀ ਇਹ ਪੰਜਾਬ ਕਲਾ ਕੌਂਸਲ ਦੀ ਚੇਅਰਮੈਨੀ ਦਿੱਤੀ ਗਈ ਆ, ਇਹ ਇੱਕ ਬਹੁਤ ਹੀ ਵਧੀਆ ਫੈਸਲਾ ਕੀਤਾ ਗਿਆ ਸਰਕਾਰ ਦੇ ਵੱਲੋਂ। ਮੈਂ ਥੋੜਾ ਜਿਹਾ ਜਾਣਕਾਰੀ 'ਚ ਤੁਹਾਡੇ ਵਾਧਾ ਕਰਨਾ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ, ਹਾਂਜੀ, ਭਾਰਤ ਭੂਸ਼ਣ ਆਸ਼ੂ, ਹਾਂਜੀ, ਤੇ ਕਈ ਹੋਰ ਜਿਹੜੇ ਕਾਂਗਰਸ ਦੇ ਸੀਨੀਅਰ ਨੇਤਾ ਇਹ ਪਿਛਲੇ ਦਿਨੀ ਗਏ ਸੀ ਲੁਧਿਆਣੇ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਘਰ ਦੇ ਵਿੱਚ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਆਏ ਸੀ। ਕਿਆ ਬਾਤ ਹੈ! ਪਰ ਬਾਅਦ ਦੇ ਵਿੱਚ ਇੱਕ ਕੋਈ ਥੋੜੀ ਜੀ ਅੜਚਣ ਆ ਗਈ ਸੀਗੀ। ਅੱਛਾ ਜੀ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਇਸ ਅਹੁਦੇ ਦੇ ਉੱਤੇ ਬਿਠਾਉਣਾ ਹੋਵੇ ਪਹਿਲਾਂ ਉਹਨੂੰ ਮੈਂਬਰ ਬਣਾਉਣਾ ਪੈਂਦਾ ਉਸ ਕਮੇਟੀ ਦਾ। ਅੱਛਾ ਜੀ, ਉਸ ਤੋਂ ਬਾਅਦ ਉਹਦੀ ਰਸਮੀ ਤੌਰ ਦੇ ਉੱਤੇ ਨਿਯੁਕਤੀ ਹੁੰਦੀ ਆ ਉਸ ਅਹੁਦੇ ਦੇ ਲਈ। ਓਕੇ, ਤੇ ਪਾਤਰ ਸਾਹਿਬ
ਹੁਣ ਬਿਠਾ ਦਿੱਤੇ ਗਏ ਨੇ ਕੁਰਸੀ ਦੇ ਉੱਤੇ। ਡਾਕਟਰ ਨੀਲਮ ਮਾਨ ਸਿੰਘ ਨੇ ਜਿਹੜੇ ਇਹ ਵਾਈਸ ਪ੍ਰਧਾਨ ਬਣਾਏ ਗਏ, ਵਾਈਸ ਚੇਅਰਮੈਨ ਬਣਾਏ ਗਏ ਆ, ਸੋ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ। ਤੇ ਅੱਧੀ ਸਰਕਾਰ ਆ ਜਿਹੜੀ ਉਹ ਚੰਡੀਗੜ੍ਹ ਵਾਲੇ ਉਸ ਦਫ਼ਤਰ ਦੇ ਵਿੱਚ ਸੀਗੀ ਜਦੋਂ ਉਹਨਾਂ ਨੂੰ ਇਸ ਕੁਰਸੀ ਦੇ ਉੱਤੇ ਬਿਠਾਇਆ ਗਿਆ। ਪਾਤਰ ਸਾਹਿਬ ਦੇ ਨਾਲ ਮੇਰੀ ਗੱਲ ਵੀ ਹੋਈ ਸੀਗੀ ਕੱਲ੍ਹ। ਪਾਤਰ ਸਾਹਿਬ ਕਹਿੰਦੇ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਦੇਸ਼ ਦੁਨੀਆਂ ਦੇ ਵਿੱਚ ਵਸਦੇ ਮੇਰੇ ਸੱਜਣ ਸੁਹੇਲੜੇ, ਮੈਨੂੰ ਪੜ੍ਹਨ ਵਾਲੇ, ਮੈਨੂੰ ਸਮਝਣ ਵਾਲੇ ਲੋਕ ਵਧਾਈਆਂ ਭੇਜਦੇ ਆ, ਤੇ ਇਸ ਕੁਰਸੀ ਦੇ ਉੱਤੇ ਬੈਠ ਕੇ ਪੰਜਾਬੀ ਸੱਭਿਆਚਾਰ ਦੇ ਲਈ, ਕਲਾਵਾਂ ਦੇ ਲਈ, ਮਾਂ ਬੋਲੀ ਪੰਜਾਬੀ ਦੇ ਲਈ ਮੈਂ ਜਿੰਨਾ ਵੀ ਕੁਝ ਕਰ ਸਕਿਆ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੂੰਗਾ। ਐਂਡ ਮੈਨੂੰ ਲੱਗਦਾ ਕਿ ਉਹਨਾਂ ਤੋਂ ਵਧੀਆ ਸ਼ਾਇਦ ਕੋਈ ਹੋਰ ਕਰ ਵੀ ਨਹੀਂ ਸਕਦਾ। ਬਿਲਕੁਲ ਸਹੀ ਗੱਲ। ਜੱਜ ਦਾ ਵਿਚਾਰ। If you like this video, please subscribe the channel, like and share this video. ਜੱਜ ਦਾ ਵਿਚਾਰ। ਅੱਛਾ, ਆਉਂਦੇ ਹੀ ਆਪਾਂ ਇੰਨੀਆਂ ਪੜ੍ਹੀਆਂ ਲਿਖੀਆਂ ਗੱਲਾਂ ਕੀਤੀਆਂ, ਤੇ ਮੈਂ ਚਾਹੁੰਦੀ ਹਾਂ ਵੀ ਥੋੜੀ ਜਿਹੀ ਤੁਹਾਡੀ ਜਾਣਕਾਰੀ 'ਚ ਮੈਂ ਵਾਧਾ ਕਰਾਂ। ਜ਼ਰੂਰ ਜੀ, ਦੇਖੋ ਕਿੱਡੀ ਵੱਡੀ ਗੱਲ ਹੈ। ਬਹੁਤ ਵਧੀਆ ਗੱਲ ਹੈ। ਦੇਖੋ, ਜਿੱਥੋਂ ਵੀ ਗਿਆਨ ਦੀ ਗੱਲ ਮਿਲੇ ਨਾ, ਉਹ ਪੱਲੇ ਬੰਨ ਲੈਣੀ ਚਾਹੀਦੀ ਹੈ। ਬਿਲਕੁਲ, ਤੁਹਾਡੇ ਤੋਂ ਮਿਲੇ, ਕਿਸੇ ਹੋਰ ਸੱਜਣ ਤੋਂ ਮਿਲੇ, ਮੈਂ ਤਾਂ ਧੰਨਵਾਦੀ ਹੁੰਦਾ ਉਹਨਾਂ ਦਾ। ਹਾਂਜੀ, ਵੀ ਜਿਹੜੇ ਕੁਝ ਨਾ ਕੁਝ ਦਿੰਦੇ ਆ ਗਿਆਨ ਦੇ ਰੂਪ ਦੇ ਵਿੱਚ। ਬਿਲਕੁਲ ਸਹੀ, ਤੁਸੀਂ ਗਿਆਨ ਦੀ ਗੱਲ ਕਹੋਗੇ ਤੇ ਮੈਂ ਵਾਅਦਾ ਕਰਦਾ ਵੀ ਮੈਂ ਪੱਲੇ ਦੇ ਨਾਲ ਬੰਨ ਲੈਣੀ ਆ। ਕੀ ਬਾਤ ਹੈ ਸਰ, ਅੱਜ ਨਾ ਬੜਾ ਇੱਕ ਇਤਿਹਾਸਕ ਦਿਨ ਹੈ ਵੈਸੇ, 8 ਸਤੰਬਰ, ਐਂਡ ਅੱਜ ਦਾ ਦਿਨ ਜਿਹੜਾ ਉਹ ਹੈ ਜੀ ਅੰਤਰਰਾਸ਼ਟਰੀ ਸਾਖਰਤਾ ਦਿਵਸ ਜੀ, ਯਾਨੀ ਇੰਟਰਨੈਸ਼ਨਲ ਲਿਟਰੇਸੀ ਡੇ ਜੀ ਜੀ। ਐਂਡ ਇਹ ਪਹਿਲਾਂ ਮੈਂ ਇਸ ਦਿਵਸ ਦੇ ਬਾਰੇ ਤੁਹਾਨੂੰ ਦੱਸਦਾ ਵੀ ਯੂਨੈਸਕੋ ਵੱਲੋਂ ਅਨਾਊਂਸ ਕੀਤਾ ਗਿਆ ਸੀ 1966 ਦੇ ਵਿੱਚ ਪਹਿਲੀ ਵਾਰ ਇਹ ਦਿਨ ਜਿਹੜਾ ਉਹ ਮਨਾਇਆ ਗਿਆ। ਤੇ ਜੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ, ਮਤਲਬ ਕਿ ਪੜ੍ਹੇ ਲਿਖੇ ਲੋਕਾਂ ਦਾ ਦਿਨ ਹੈ ਵੀ ਜਿਹੜੇ ਲੋਕ ਪੜ੍ਹਾਈ ਲਿਖਾਈ ਦੇ ਵਿੱਚ ਅੱਗੇ। ਅੱਛਾ, ਇਹਦੇ ਉੱਪਰ ਨਾ ਸਰ ਇੱਕ ਸੰਸਥਾ ਹੈ ਟਾਈਮ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ, ਇਹ ਬੇਸਿਕਲੀ ਦੁਨੀਆ ਦੇ ਲੈਵਲ ਦੇ ਉੱਪਰ ਜਿਹੜੀਆਂ ਕਹਿ ਲਓ ਵੀ ਬਹੁਤ ਉੱਚੇ ਦਰਜੇ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੀ ਰੈਂਕਿੰਗ ਹੁੰਦੀ ਆ ਵੀ ਪਹਿਲੀਆਂ 1000 ਯੂਨੀਵਰਸਿਟੀਜ਼ ਜਿਹੜੀਆਂ ਨੇ ਪੂਰੀ ਦੁਨੀਆ ਦੇ ਵਿੱਚ ਉਹ ਕਿਹੜੀਆਂ ਕਿਹੜੀਆਂ ਨੇ। ਐਂਡ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਜਿਹੜੀ 17-18 ਦੀ ਲਿਸਟ ਉਹਨਾਂ ਨੇ ਜਾਰੀ ਕੀਤੀ ਹੈ, ਉਹਦੇ ਵਿੱਚ ਜਿਹੜੀਆਂ ਪਹਿਲੀਆਂ 250 ਯੂਨੀਵਰਸਿਟੀਜ਼ ਨੇ ਉਹਨਾਂ 'ਚੋਂ ਇੱਕ ਵੀ ਹਿੰਦੁਸਤਾਨ ਦੀ ਯੂਨੀਵਰਸਿਟੀ ਨਹੀਂ ਹੈ। ਅੱਛਾ ਜੀ, ਪੂਰੇ ਹਿੰਦੁਸਤਾਨ ਦੀ ਇੱਕ ਵੀ ਯੂਨੀਵਰਸਿਟੀ। ਐਂਡ ਮਤਲਬ ਮੈਨੂੰ ਆਪਣੇ ਆਪ ਦੇ ਵਿੱਚ ਇੰਨਾ ਕੁ ਜ਼ਿਆਦਾ ਨਾ ਇਸ ਮੁੱਦੇ ਨੂੰ ਲੈ ਕੇ ਕਹਿ ਲਓ ਫੀਲ ਹੋਇਆ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਮਾਪੇ ਜਿਹੜੇ ਪਰੇਸ਼ਾਨ ਨੇ ਉਹ ਫੀਸਾਂ ਤੋਂ ਪਰੇਸ਼ਾਨ ਨੇ। ਦੇਖੋ, ਗੱਲ ਇਹ ਆ, ਇੱਕ ਤਾਂ ਫੀਲ ਹੋਇਆ ਦੀ ਥਾਂ ਤੇ ਮਹਿਸੂਸ ਹੋਇਆ, ਦੂਜੀ ਗੱਲ ਇਹ ਆ ਹਰਮਨ ਜੀ ਕਿ ਸੱਚੀ ਮੁੱਚੀ ਅਸੀਂ ਇਮਾਰਤਾਂ ਦੇਖ ਕੇ ਨਾ, ਯੂਨੀਵਰਸਿਟੀਆਂ ਦੀਆਂ, ਕਾਲਜਾਂ ਦੀਆਂ, ਸਕੂਲਾਂ ਦੀਆਂ, ਇਹ ਕਹੀ ਜਾਂਦੇ ਆ ਕਿ ਸਿੱਖਿਆ ਦੇ ਮਾਮਲੇ ਦੇ ਵਿੱਚ ਭਾਰਤ ਨੇ ਬਹੁਤ ਮਾਰ ਕੇ ਮਾਰ ਲਏ। ਬਿਲਕੁਲ, ਪੰਜਾਬ ਦੀ ਸਰਕਾਰ ਦੀ ਗੱਲ ਕਰ ਲਓ, ਇਹ ਕਹਿੰਦੇ ਆ ਵੀ ਸਿੱਖਿਆ ਦੇ ਮਾਮਲੇ ਦੇ ਵਿੱਚ ਅਸੀਂ ਤਾਂ ਬਹੁਤ ਪੌਡੇ ਉੱਚੇ ਚੜ ਗਏ ਆ। ਬਿਲਕੁਲ ਸਹੀ ਕਿਹਾ। ਜੇ ਅਸੀਂ ਸਮੁੱਚੇ ਭਾਰਤ ਦੀ ਗੱਲ ਕਰ ਲਈਏ ਤਾਂ ਵੀ ਅਸੀਂ ਬਾਕੀ ਦੇਸ਼ਾਂ ਦੇ ਮੁਕਾਬਲਤਨ ਖੜੇ ਕਿੱਥੇ ਜੇ ਆ, ਇਹਦੇ ਬਾਬਤ ਕਦੇ ਸਾਨੂੰ ਸਵੈ ਚਿੰਤਨ ਕਰਨ ਦੀ ਲੋੜ ਹੈ ਨਿਰਪੱਖ ਤੌਰ ਦੇ ਉੱਤੇ। ਸੋ ਮੈਂ ਤਾਂ ਇਹ ਸੋਚਦਾ ਹੁੰਦਾ ਕਿ ਜਿਹੜੀਆਂ ਯੂਨੀਵਰਸਿਟੀਆਂ ਨੇ ਖੁੱਲੀਆਂ ਉਹ ਥਾਂ ਥਾਂ ਦੇ ਉੱਤੇ ਖੁੱਲ ਗਈਆਂ, ਜਿਵੇਂ ਪਕੌੜਿਆਂ ਦੀਆਂ, ਰਿਓੜੀਆਂ ਦੀਆਂ, ਮੂੰਗਫਲੀਆਂ ਦੀਆਂ ਦੁਕਾਨਾਂ ਹੁੰਦੀਆਂ, ਪੈਸੇ ਦਿਓ ਡਿਗਰੀਆਂ ਲਓ। ਹੁਣ ਤਾਂ ਕਈ ਇਹੋ ਜਿਹੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਭਾਈ ਆਉਣਾ ਜਾਂ ਨਾ ਆਉਣਾ ਤੁਹਾਡੀ ਮਰਜ਼ੀ ਆ, ਪੈਕੇਜ ਆ, ਹਸਪਤਾਲਾਂ ਦੇ ਵਿੱਚ ਵੀ ਪੈਕੇਜ ਬਣ ਚੁੱਕੇ ਆ ਕਿ ਤੁਸੀਂ ਜੇਕਰ ਆਪਣੇ ਹਾਰਟ ਦਾ ਆਪਰੇਸ਼ਨ ਕਰਵਾਉਣਾ, ਦਿਲ ਦਾ ਆਪਰੇਸ਼ਨ ਕਰਵਾਉਣਾ ਤਾਂ ਉੱਥੇ ਇੰਨੇ ਪੈਸੇ ਲੱਗਣਗੇ ਤੇ ਪੈਕੇਜ ਤੁਹਾਡਾ ਇੰਨਾ। ਇਹੀ ਕੁਝ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ ਹੋ ਗਿਆ। ਸੋ ਜਦੋਂ ਦੁਕਾਨਾਂ ਦੇ ਉੱਤੇ ਸਿੱਖਿਆ ਵਿਕੂਗੀ ਨਾ, ਤਾਂ ਫਿਰ ਜਿਹੜੀ ਸੂਚੀ ਦੀ ਗੱਲ ਤੁਸੀਂ ਕੀਤੀ ਆ, ਇਸ ਸੂਚੀ ਦੇ ਵਿੱਚ ਸਾਡਾ ਨਾਂ ਆ ਜੇ, ਇਹ ਤਾਂ ਦਿਨ ਦੇ ਵਿੱਚ ਤਾਰੇ ਦੇਖਣ ਵਾਲੀ ਗੱਲ ਹੈ, ਸੁਪਨੇ ਵੱਡੇ ਲੈਣ ਵਾਲੀ ਗੱਲ ਹੈ। ਸੋ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਸਿੱਖਿਆ ਦੇ ਮਹੱਤਵ ਨੂੰ ਸਮਝੀਏ, ਅਸੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ ਅਸਲ ਅਰਥਾਂ ਦੇ ਵਿੱਚ ਕਰੀਏ। ਹਾਂਜੀ, ਪਤਾ ਕੀ ਮੈਨੂੰ ਇਹ ਲੱਗਦਾ ਹੁੰਦਾ, ਪਤਾ ਨਹੀਂ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ ਜਾਂ ਨਾ, ਕਿ ਇੰਡੀਆ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਖਾਸ ਕਰਕੇ ਜੀ, ਜਿਹੜੇ ਲੋਕ, ਜਿਹੜੇ ਬੱਚੇ, ਜਿਹੜੇ ਕਹਿ ਲਓ ਵਿਦਿਆਰਥੀ ਅੱਗੇ ਵੱਧਦੇ ਨੇ ਉਹ ਆਪਣੇ ਹੁਨਰ ਤੇ ਪਰਮਾਤਮਾ ਦੀ ਮਿਹਰ ਸਦਕਾ ਵੱਧਦੇ। ਸਹੀ ਹੈ। ਜੇ ਆਪਾਂ ਗੱਲ ਕਰੀਏ ਇਹਨਾਂ ਯੂਨੀਵਰਸਿਟੀਆਂ ਦੀ, ਜੇ ਆਪਾਂ ਗੱਲ ਕਰੀਏ ਕਾਲਜਾਂ ਦੀ, ਜੇ ਗੱਲ ਕਰੀਏ ਸਕੂਲਾਂ ਦੀ, ਤੇ ਅੱਜ ਦੇ ਟਾਈਮ ਦੇ ਵਿੱਚ ਜੋ ਸਿੱਖਿਆ ਦਾ ਮਿਆਰ ਪਹਿਲਾਂ ਹੁੰਦਾ ਸੀ ਉਹ ਮਿਆਰ ਹੁਣ ਰਹਿ ਨਹੀਂ ਗਿਆ। ਬਹੁਤ ਘੱਟ ਇਹੋ ਜਿਹੇ ਅਧਿਆਪਕ ਨੇ ਜਿਹੜੇ ਵਾਕਈ ਬੱਚਿਆਂ ਨੂੰ ਕੁਝ ਬਣਦਾ ਦੇਖਣਾ ਚਾਹੁੰਦੇ ਨੇ। ਮੈਂ ਕਦੇ ਕਦੇ ਸੋਚਦਾ ਹੁੰਦਾ ਹਰਮਨ ਜੀ ਕਿ ਜਿਹੜੇ ਸਾਡੀ ਜ਼ਿੰਦਗੀ ਹੈ ਨਾ, ਅਸੀਂ ਇਸ ਜ਼ਿੰਦਗੀ ਦੇ ਵਿੱਚ ਕਿਤਾਬਾਂ ਦੇ ਨਾਲ ਜੇਕਰ ਸਾਂਝ ਪਾਈ ਰੱਖੀਏ ਤਾਂ ਇਹਦੇ ਨਾਲੋਂ ਬਿਹਤਰ ਨਤੀਜਾ ਜ਼ਿੰਦਗੀ ਦੇ ਵਿੱਚ ਕਿਤੇ ਹੋਰ ਨਹੀਂ ਆ ਸਕਦਾ। ਨਾ ਤਾਂ ਕਿਤਾਬਾਂ ਧੋਖਾ ਦਿੰਦੀਆਂ, ਨਾ ਕਿਤਾਬਾਂ ਸਾਨੂੰ ਕੁਛ ਮੋੜਵਾਂ ਜਵਾਬ ਦਿੰਦੀਆਂ, ਨਾ ਸਾਡੇ 'ਤੇ ਅੱਕਦੀਆਂ, ਨਾ ਸਾਡੇ 'ਤੇ ਥੱਕਦੀਆਂ। ਸੋ ਕਿਤਾਬਾਂ ਦੇ ਨਾਲ ਸਾਂਝ ਬੜੀ ਜ਼ਰੂਰੀ ਹੈਗੀ ਆ।
ਕੁਛ ਕੁ ਲਾਈਨਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਬਾਲ ਮਨ ਦੇ ਵਿੱਚ ਹੀ ਚੇਤੇ 'ਤੇ ਉੱਕਰ ਜਾਂਦੀਆਂ। ਹਾਂਜੀ, ਸਾਡੇ ਇੱਕ ਖਾਲਸਾ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਹੁੰਦੇ ਸੀ ਤੇਜਿੰਦਰ ਸਿੰਘ ਸੇਠੀ। ਅੱਛਾ ਜੀ। ਉਹਨਾਂ ਦੀਆਂ ਦੋ ਤਿੰਨ ਅੰਗਰੇਜ਼ੀ ਦੀਆਂ ਲਾਈਨਾਂ ਨਾ ਮੇਰੇ ਚੇਤੇ ਦੀ ਸਲੇਟ ਦੇ ਉੱਤੇ ਪੱਕੀਆਂ ਹੀ ਜਮ੍ਹਾਂ ਹੋ ਗਈਆਂ। ਉਹ ਕਹਿੰਦੇ ਹੁੰਦੇ ਸੀ, ਬੁੱਕਸ ਹੈਵ ਟੂ ਬੀ ਰੀਡ, ਇਟ ਇਜ਼ ਦਾ ਓਨਲੀ ਵੇ ਆਫ ਡਿਸਕਵਰਿੰਗ ਵਟ ਦੇ ਕੰਟੇਨ। ਇਹਨਾਂ ਸਤਰਾਂ ਨੂੰ ਮੈਂ ਆਪਣੀ ਜ਼ਿਹਨ ਦੇ ਵਿੱਚ ਬਿਠਾਇਆ ਹੋਇਆ ਤੇ ਕਿਤਾਬਾਂ ਦੇ ਨਾਲ ਸੱਚੀ ਮੁੱਚੀ ਸਾਂਝ ਪਾ ਕੇ ਕਦੇ ਦੇਖਿਓ, ਬੜਾ ਆਨੰਦ ਆਉਂਦਾ। ਹਰਮਨ ਜੀ, ਗੱਲ ਇਹ ਹੈ ਵੀ ਹਰ ਇਨਸਾਨ ਵੈਸੇ ਤਾਂ ਕਲਾਕਾਰ ਆ। ਹਾਂਜੀ, ਜ਼ਿੰਦਗੀ ਇੱਕ ਕਲਾਕਾਰੀ ਬਣ ਗਈ ਹੈ। ਬਿਲਕੁਲ, ਪਰਮਾਤਮਾ ਕਹਿੰਦੇ ਹੁੰਦੇ ਆ ਵੀ ਉਹ ਲਿਖਿਆ ਹੁੰਦਾ ਵੀ ਪਰਮਾਤਮਾ ਡਾਇਰੈਕਟਰ ਹੈ ਤੇ ਅਸੀਂ ਲੋਕ ਸਾਰੇ ਕਠਪੁਤਲੀਆਂ ਦੀ ਤਰ੍ਹਾਂ ਜਿਵੇਂ ਜਿਵੇਂ ਉਹ ਨਾਚਣ ਚਾਹੁੰਦਾ ਤੇ ਪਰ ਕਲਾਕਾਰ ਹੈ ਨਾ ਜਿਹੜਾ। ਹਾਂਜੀ, ਉਹ ਕਲਾ ਆਪਣੀ ਆ ਜਿਹੜੀ ਉਹ ਸਹੀ ਤਰੀਕੇ ਨਾਲ ਪੇਸ਼ ਕਰੇ, ਇਹ ਬੜਾ ਜ਼ਰੂਰੀ ਹੁੰਦਾ। ਬਿਲਕੁਲ ਸਹੀ ਕਿਹਾ। ਬਹੁਤੀ ਵਾਰ ਮੈਂ ਦੇਖਦਾ ਵੀ ਕਲਾਕਾਰ ਆ ਨਾ ਜਿਹੜੇ ਉਹ ਕੱਲੀ ਕਾਰ ਵਾਲੇ ਹੁੰਦੇ ਆ, ਠੀਕ ਹੈ ਨਾ, ਤੇ ਕਈ ਵਾਰ ਮੈਂ ਬਿਲਕੁਲ ਕਲਾ ਦੇ ਨਾਲ ਉਹਨਾਂ ਦਾ ਕਿਲੋਮੀਟਰਾਂ ਦਾ ਰਿਸ਼ਤਾ ਵੀ ਨਹੀਂ ਹੁੰਦਾ। ਮੈਂ ਕਦੇ ਕਦੇ ਸੋਚਦਾ ਹੁੰਦਾ ਜਦੋਂ ਬੇਹੂਦਾ ਗਾਉਣ ਵਾਲੇ ਲੋਕ, ਬੇਹੂਦਾ ਫਿਲਮਾਉਣ ਵਾਲੇ ਲੋਕ, ਫਿਰ ਬੇਹੂਦਾ ਸੁਣਨ ਵਾਲੇ ਲੋਕ, ਮੈਂ ਸੋਚਦਾ ਵੀ ਇਹ ਕਲਾਕਾਰ ਨਹੀਂ ਸੱਚੀ ਅਰਥਾਂ ਦੇ ਵਿੱਚ ਨਾ ਇੱਕ ਅਲੰਕਾਰ ਬਣ ਗਏ ਆ। ਬਿਲਕੁਲ। ਅੱਗੇ ਕਹਿੰਦੇ ਹੁੰਦੇ ਸੀ ਗਾਣਾ, ਹੁਣ ਕਹਿੰਦੇ ਆ ਗਾ ਨਾ। ਇਹ ਨਿਕਲ ਗਏ ਇਹਦੇ ਰਾਣੇ ਤੇ ਨੰਨੇ, ਰਾਣੇ ਤੋਂ ਨੰਨੇ ਤੱਕ ਦਾ ਸਫ਼ਰ ਹੈ ਨਾ, ਇੱਕ ਅੱਖਰ ਦੇ ਨਾਲ। ਹਾਂਜੀ, ਕੀ ਤੋਂ ਕੀ ਬਣ ਜਾਂਦਾ। ਬਿਲਕੁਲ। ਪਰ ਜਿਹੜੀ ਮੈਂ ਗੱਲ ਕਰਨ ਲੱਗਾ ਨਾ ਉਹ ਇਹ ਆ ਬਈ, ਡੇਰਾ ਸੱਚਾ ਸੌਦਾ ਦੇ ਮੁਖੀ ਨੇ ਕਿੰਨੀਆਂ ਫਿਲਮਾਂ ਬਣਾਈਆਂ, ਤੇ ਮੈਂ ਸਮਝ ਸਕਦਾ ਤੁਹਾਡੀਆਂ ਭਾਵਨਾਵਾਂ ਵੀ ਫਿਲਮਾਂ ਦਾ ਜ਼ਿਕਰ ਛਿੜਦੇ ਹੀ ਤੁਹਾਡਾ ਹਾਸਾ ਨਿਕਲ ਗਿਆ, ਤੇ ਉਹਨਾਂ ਫਿਲਮਾਂ ਨੂੰ ਦੇਖਿਆ ਕੀ ਨੇ ਨਹੀਂ ਦੇਖਿਆ ਇਹ ਇੱਕ ਵੱਖਰਾ ਪ੍ਰਸੰਗ ਆ। ਹਾਂ, ਉਹ ਅਲੱਗ ਗੱਲ। ਪਰ ਜਿਹੜੇ ਲੋਕਾਂ ਨੇ ਇਹਨਾਂ ਫਿਲਮਾਂ ਦੇ ਵਿੱਚ ਕੰਮ ਕੀਤਾ, ਹਾਂਜੀ, ਉਹ ਸਿਰਸੇ ਦੇ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਲੈ ਕੇ ਗਏ ਆ ਕਿ ਵੀ ਬਾਹਰ ਆਉਣਾ ਚਾਹੀਦਾ ਪਿਤਾ ਜੀ। ਨਹੀਂ ਨਹੀਂ ਨਹੀਂ, ਉਹਨਾਂ ਦੇ ਪਿਤਾ ਜੀ ਭਾਵੇਂ ਅੰਦਰ ਹੀ ਰਵੇ, ਸਾਨੂੰ ਪੈਸੇ ਦੇ ਦਿੱਤੇ ਜਾਣ, ਅਸੀਂ ਸਿਰਸੇ ਦੇ ਵਿੱਚੋਂ ਬਾਹਰ ਜਾਗੇ ਤੇ ਆਪਣੇ ਟੱਬਰ ਟੀਰ ਨੂੰ ਮਿਲੀਏ। ਕਿਉਂਕਿ ਕਿੰਨੇ ਪੈਸੇ ਨੇ, ਪੈਸੇ ਇਹ ਆ ਕਿ ਦੇਖੋ ਜਦੋਂ ਕੋਈ ਫਿਲਮ ਬਣਦੀ ਹੈ ਉਹਦੇ ਲਈ ਪ੍ਰੋਡਕਸ਼ਨ ਦਾ ਕੰਮ ਹੁੰਦਾ, ਉਹਦੇ ਲਈ ਕੋਈ ਕੋਰੀਓਗ੍ਰਾਫਰ ਹੁੰਦਾ, ਤੇ ਉਹ ਤਾਂ ਸਾਰਾ ਕੁਝ ਕੈਮਰਾਮੈਨ ਹੁੰਦਾ, ਕਹਿੰਦੇ ਮੈਂ ਕੀਤਾ, ਕਲਾਕਾਰ ਉਹ ਆਈ ਹੁੰਦਾ। ਜਿਹੜੇ ਇੰਗਲੈਂਡ ਦੇ ਕਈ ਇਹੋ ਜਿਹੇ ਸੰਗੀਤਕਾਰ ਆ ਜਿਹੜੇ ਸੰਗੀਤ ਇਧਰੋਂ ਕਰਵਾਉਂਦੇ ਆ ਤੇ ਬਾਅਦ ਦੇ ਵਿੱਚ ਨੱਚਦੇ ਗਾਣੇ ਚਾਪ ਹੀ ਆ, ਉਹ ਕਹਿ ਦਿੰਦੇ ਮਿਊਜ਼ਿਕ ਡਾਇਰੈਕਟਰ ਵੀ ਮੈਂ ਹੀ ਆ। ਹਾਂ ਬਿਲਕੁਲ, ਇਹ ਇੱਕ ਨਵੀਂ ਪਿਰਤ ਪਈ ਆ ਇਹ, ਮੈਂ ਇਹਨੂੰ ਸਹੀ ਨਹੀਂ ਮੰਨਦਾ ਵੈਸੇ। ਇਸੇ ਤਰੀਕੇ ਨਾਲ ਡੇਰਾ ਮੁਖੀ ਦੀਆਂ ਫਿਲਮਾਂ ਦਾ ਹਾਲ ਆ, ਉਹ ਕਹਿੰਦੇ ਨਿਰਦੇਸ਼ਕ ਵੀ ਮੈਂ ਆ, ਕਹਾਣੀ ਵੀ ਮੈਂ ਲਿਖੀ, ਸਕਰੀਨ ਪਲੇ ਵੀ ਮੇਰਾ, ਤੇ ਇਸ ਤੋਂ ਇਲਾਵਾ ਅਦਾਕਾਰ ਵੀ ਮੈਂ ਆ, ਗੀਤ ਵੀ ਮੈਂ ਲਿਖੇ, ਸੰਗੀਤ ਵੀ ਮੇਰਾ, ਵੇਖੀ ਵੀ ਮੈਂ। ਤੇ ਅਸਲ ਦੇ ਵਿੱਚ ਉਹ ਤਾਂ ਕਹਿ ਦਿੰਦੇ ਆ ਕਿ ਜੀ ਅਸੀਂ 18 ਕਰੋੜ ਦੀ ਫਿਲਮ ਬਣਾਈ ਤੇ 300 ਕਰੋੜ ਰੁਪਇਆ ਕਮਾ ਗਈ। ਮੈਂ ਤਾਂ ਉਦਣ ਸਰ ਹੈਰਾਨ ਸੀ ਇੱਕ ਇੰਟਰਵਿਊ ਦੇ ਵਿੱਚ, ਕਹਿੰਦੇ ਵੀ ਦੇਖੋ ਇਹ ਜਦੋਂ ਰੌਲਾ ਪਿਆ ਮੇਰੇ ਖਿਆਲ ਪਿੱਛੇ ਜੇ ਪਤਾ ਨਹੀਂ ਕਿਹੜਾ ਇੱਕ ਬਹੁਤ ਮੈਂ ਖੈਰ ਉਹ ਫਿਲਮਾਂ ਨਹੀਂ ਵੇਖੀਆਂ ਇਸ ਲਈ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਬਹੁਤ ਖੁਸ਼ਕਿਸਮਤ ਆ ਮੈਂ। ਐਂਡ ਕਹਿੰਦੇ ਕਿ ਉਹ ਜਿਹੜੀਆਂ ਫਿਲਮਾਂ ਬਣੀਆਂ ਹੈ ਨਾ ਕਿ ਸਾਨੂੰ ਕਿਸੇ ਨੇ ਕਿਹਾ ਵੀ ਦੇਖੋ ਜੀ ਆਹ ਵੀ ਅੱਜ ਕੱਲ੍ਹ ਇੱਕ ਭੱਖ ਦਾ ਮੁੱਦਾ ਹੈ, ਤੁਸੀਂ ਇਹਦੇ ਉੱਪਰ ਵੀ ਇੱਕ ਫਿਲਮ ਬਣਾਓ, ਤੇ ਅਸੀਂ ਉਹ ਚੈਲੰਜ ਅਸੈਪਟ ਕੀਤਾ, 28 ਦਿਨਾਂ ਦੇ ਵਿੱਚ ਫਿਲਮ ਬਣ ਕੇ ਤਿਆਰ। 29ਵੇਂ ਦਿਨ ਲੈ ਗਈ, ਇਹ ਨਹੀਂ ਕਿਸੇ ਨੇ ਕਿਹਾ। ਔਨਲਾਈਨ ਗੁਰੂਕੁਲ ਇੱਕ ਫਿਲਮ ਆ ਜਿਹੜੀ, ਉਹਦਾ ਪੋਸਟਰ ਜਾਰੀ ਕਰਤਾ ਸੀਗਾ ਡੇਰਾ ਮੁਖੀ ਨੇ, ਤੇ ਉਹ ਹਾਲੇ ਰਿਲੀਜ਼ ਹੋਣੀ ਸੀ। ਓਏ ਹੋਏ ਹੋਏ, ਤੇ ਆਪਾਂ ਪਿਛਲੇ ਦਿਨੀ ਗੱਲ ਵੀ ਕੀਤੀ ਸੀਗੀ ਵੀ ਜਿਹੜੀ ਫਿਲਮ ਐਂਡ ਆਰਟਿਸਟ ਐਸੋਸੀਏਸ਼ਨ ਆ ਉਹਦੇ ਵੱਲੋਂ ਉਹਦਾ ਵਰਕ ਪਰਮਿਟ ਰੱਦ ਕਰ ਦਿੱਤਾ ਗਿਆ, ਹਨੀਪ੍ਰੀਤ ਨੂੰ ਮੈਂਬਰਸ਼ਿਪ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਇਹ ਵੱਖਰੀਆਂ ਗੱਲਾਂ। ਪਰ ਜਿਹੜੇ ਕਲਾਕਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੇ ਗਏ ਸਿਰਸਾ ਦੇ ਵਿੱਚ, ਉਹ ਕਹਿੰਦੇ ਆ ਵੀ ਅਸੀਂ ਇਹਦੀਆਂ ਫਿਲਮਾਂ 'ਚ ਕੰਮ ਕੀਤਾ, ਸਾਨੂੰ ਕਹਿੰਦੇ ਵੀ ਲਗਾਤਾਰ ਹੀ ਆਪਾਂ ਫਿਲਮਾਂ ਬਣਾਉਣੀਆਂ, ਆਪਦਾ ਟੱਬਰ ਟੀਰ ਵੀ ਇੱਥੇ ਲੈ ਆਓ, ਕੋਈ ਮੱਧ ਪ੍ਰਦੇਸ਼ ਤੋਂ ਆ, ਕੋਈ ਮੁੰਬਈ ਤੋਂ ਆ, ਕੋਈ ਪੁਣੇ ਤੋਂ ਆ, ਕੋਈ ਉੱਤਰ ਪ੍ਰਦੇਸ਼ ਤੋਂ ਆ, ਉਹ ਸਾਰਾ ਵਿਚਾਰੇ ਆਪਦਾ ਲਿਆ ਕੇ ਸਮਾਨ ਜੁੱਲੀ ਬਿਸਤਰਾ ਇੱਥੇ ਬਹਿ ਗਏ। ਹੁਣ ਡੇਰੇ ਵਾਲਾ ਆਪ ਚਲਾ ਗਿਆ ਜੇਲ੍ਹ ਦੇ ਵਿੱਚ, ਉਹਨਾਂ ਵਿਚਾਰਿਆਂ ਦਾ ਰੋਟੀ ਟੋਕ ਕਿਵੇਂ ਚੱਲੂਗਾ? ਬਿਲਕੁਲ ਸਹੀ। ਡੇਰੇ ਦੀਆਂ ਜਾਇਦਾਦਾਂ ਸੀਲ ਕਰਨ ਦੀ ਗੱਲ ਕਹਿਤੀ ਆ ਵੀ ਖਰਚੇ ਆ ਜਿਹੜੇ ਭੁਗਤਾਨ ਕਰੋ ਇਹਦਾ, ਸੋ ਇਸ ਕਰਕੇ ਉਹਨਾਂ ਨੇ ਸ਼ਿਕਾਇਤ ਦਿੱਤੀ ਆ ਵੀ ਸਾਡੇ ਪੈਸੇ ਕਢਵਾਏ ਜਾਣ। ਤੇ ਵੈਸੇ ਫਿਲਮਾਂ ਦਾ ਹਾਲ ਕੀ ਆ ਇਹਦੇ ਬਾਬਤ ਨਾ ਮੈਨੂੰ ਇੱਕ ਗੱਲ ਚੇਤੇ ਆ ਜਾਂਦੀ ਹੈ, ਇੱਕ ਨਾ ਪੰਜਾਬੀ ਦੇ ਵਿੱਚ ਫਿਲਮਾਂ ਬਣਾਉਣ ਵਾਲਾ ਹੈਗਾ ਨਿਰਮਾਤਾ, ਉਹਨੇ ਇੱਕ ਵਾਰੀ ਮੈਨੂੰ ਕਹਾਣੀ ਸੁਣਾਈ, ਮੈਂ ਉਹਨੂੰ ਕਿਹਾ ਬਈ ਇਹ ਦੱਸ ਵੀ ਜਿਹੜੀ ਤੇਰੀ ਪਿਛਲੀ ਫਿਲਮ ਸੀ ਉਹਦਾ ਕੀ ਰਿਸਪੌਂਸ ਰਿਹਾ, ਕੀ ਹੁੰਗਾਰਾ ਰਿਹਾ? ਉਹ ਕਹਿੰਦਾ ਜੀ ਅਸੀਂ ਫਿਲਮ ਬਣਾਈ, ਮੈਨੂੰ ਪਹਿਲਾਂ ਕਿਹਾ ਸੀਗਾ ਸਾਰੀ ਟੀਮ ਨੇ ਵੀ 3 ਕਰੋੜ 'ਚ ਬਣ ਜਾਣੀ ਹੈ, ਪਰ ਉਸ ਤੋਂ ਬਾਅਦ ਉਹ ਬਣੀ 7.5 ਕਰੋੜ 'ਚ। ਮਾਈ ਗੋਡ, ਫਿਲਮ ਨੇ ਕਮਾਏ ਨਹੀਂ 7.5 ਲੱਖ ਰੁਪਈਆ ਵੀ, ਤੇ ਕਹਿੰਦਾ ਜੀ ਸਾਡੇ ਹੈਗੀ ਆ 1000 ਮੱਝ ਗਾਂ ਦੀ ਡੇਅਰੀ, ਤੇ ਸਾਨੂੰ ਤਾਂ ਇਹ ਲੱਗਦਾ ਵੀ 1.5 ਮਹੀਨੇ ਦੇ ਵਿੱਚ ਜਿਹੜਾ ਹੀਰੋ ਆ ਉਹ ਸਾਡੀ 350 ਮੱਝ ਖਾ ਗਿਆ। ਉਹਨੇ ਵਿਚਾਰੇ ਨੇ ਤੁਲਨਾ ਇਸ ਤਰੀਕੇ ਨਾਲ ਕੀਤੀ, ਪਰ
ਸੱਚੀ ਗੱਲ ਇਹ ਹੈ ਕਿ ਬੰਦੇ ਨੂੰ ਉਹਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਤੇ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਦਾ ਮੁੱਲ ਮਿਲਣਾ ਚਾਹੀਦਾ। ਕਹਿੰਦੇ ਤਾਂ ਹੀ ਉਸ ਮੁੱਲ ਦਾ ਜਿਹੜਾ ਅਸਲ ਸਵਾਦ ਹੈ ਉਸ ਬੰਦੇ ਨੂੰ ਆਉਂਦਾ ਹੈ ਨਾ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ ਸਬਸਕ੍ਰਾਈਬ ਦ ਚੈਨਲ ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਆ ਨਾ ਜੀ, ਮੈਨੂੰ ਨਹੀਂ ਪਤਾ ਤੁਸੀਂ ਉਹਦੇ ਤੇ ਕੀ ਪ੍ਰਤੀਕਿਰਿਆ ਦਿਓਗੇ ਜੀ। ਦੇਖੋ ਮੈਂ ਪੰਜਾਬੀ ਸਿੱਖ ਗਈ ਆ ਪਰ ਮੈਂ ਤਾਂ ਵੀ ਗੱਲ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ। ਦੇਖੋ ਜਲੰਧਰ ਦੀ ਗੱਲ ਹੈ, ਮੈਂ ਕਿਹਾ ਵੀ ਆਪਾਂ ਸਾਰੀ ਦੁਨੀਆਂ ਦੀਆਂ ਗੱਲਾਂ ਕਰਦੇ ਹਾਂ, ਚਾਈਨਾ ਜਾਪਾਨ ਪਤਾ ਨਹੀਂ ਕਿੱਥੋਂ ਕਿੱਥੋਂ ਦੀਆਂ ਗੱਲਾਂ ਮੈਂ ਸੁਣਾਉਣੀਆਂ ਤੇ ਜਲੰਧਰ ਰਹਿ ਜਾਵੇ ਪਿੱਛੇ ਕਿਵੇਂ ਹੋ ਸਕਦਾ ਹੈ ਨਾ। ਜਲੰਧਰ ਦੀ ਗੱਲ ਹੈ, ਕਹਿੰਦੇ ਵੀ ਉੱਥੇ ਨਾ ਇੱਕ ਬਾਜ਼ਾਰ ਦੇ ਵਿੱਚ ਟੈਂਪੂ ਆਇਆ ਭਰਿਆ ਪਿਆ ਸੀ, ਵੀ ਮਿੰਟ ਡੇਢ ਲੱਗੇ ਉਹਨੂੰ ਖਾਲੀ ਹੋਣ ਨੂੰ। ਅੱਛਾ ਹਾਂ, ਕਾਹਦੇ ਨਾਲ ਭਰਿਆ ਸੀ? ਉਹ ਭਰਿਆ ਸੀ ਕੋਲਡ ਡਰਿੰਕ ਨਾਲ। ਅੱਛਾ, ਮਿੰਟ ਡੇਢ ਲੱਗੇ ਬੱਤਿਆਂ ਨਾਲ? ਬੱਤਿਆਂ ਹਾਂ, ਬੱਤੇ ਨਾਲ, ਸੰਤਰੇ ਵਾਲੇ ਬੱਤੇ ਦੇ ਨਾਲ ਉਹ ਟੈਂਪੂ ਭਰਿਆ ਹੋਇਆ ਸੀ ਤੇ ਮਿੰਟ ਡੇਢ ਲੱਗਿਆ ਉਹਨੂੰ ਖਾਲੀ ਹੋਣ ਨੂੰ। ਸੋਚੋ ਕਿਵੇਂ? ਨਹੀਂ ਜਾਂ ਤਾਂ ਇਹ ਹੋਊਗਾ ਵੀ ਭਾਈ ਉਹਨੇ ਸਸਤੇ ਵੇਚਦਾ ਹੋਣਾ ਜਾਂ ਫਿਰ ਮੁਫਤ 'ਚ ਵੇਚਦਾ ਹੋਣਾ, ਜਾਂ ਇਹ ਹੁੰਦਾ ਵੀ ਕਈ ਵਾਰ ਚੀਜ਼ ਜਦੋਂ ਪਲਟ ਜਾਂਦੀ ਹੈ ਨਾ ਕੋਈ ਗੱਡੀ ਤੇ ਫਿਰ ਅਸੀਂ ਡਰਾਈਵਰ ਬਚਾਉਣ ਦੀ ਥਾਂ ਦੇ ਉੱਤੇ ਪਹਿਲਾਂ ਚੀਜ਼ਾਂ ਬਚਾਉਂਦੇ ਹਾਂ, ਪਹਿਲਾਂ ਮੋਕੀ ਮੋਰੇ ਕਰ ਲੈਂਦੇ ਜਿਵੇਂ ਸ਼ਰਾਬ ਵਾਲੇ ਟਰੱਕ ਨਾਲ ਹੋਇਆ ਸੀ। ਨਹੀਂ ਇਦਾਂ ਦਾ ਕੁਛ ਨਹੀਂ, ਜਿਹੜੀ ਤੁਸੀਂ ਵਿੱਚ ਜੇ ਗੱਲ ਕਹੀ ਉਹ ਠੀਕ ਸੀ, ਮੁਫਤ 'ਚ ਵੰਡੀਆਂ ਜਾ ਰਹੀਆਂ ਸੀ। ਤੇ ਮੁਫਤ 'ਚ ਇੰਨੇ ਦਿਆਲੂ ਕਿਵੇਂ ਹੋ ਗਏ? ਕਿਉਂਕਿ ਉਹ ਬੋਤਲਾਂ ਹੀ ਐਕਸਪਾਇਰੀ ਸੀ। ਉਹ ਤੁਹਾਡਾ ਭਲਾ ਹੋ ਜੇ, ਇਹ ਤਾਂ ਪੀਣ ਵਾਲੇ ਵੀ ਫਿਰ ਐਕਸਪਾਇਰ ਹੋ ਸਕਦੇ ਆ। ਨਹੀਂ ਨਹੀਂ ਤੁਸੀਂ ਵੇਖੋ, ਮੈਂ ਹੈਰਾਨ ਆ ਵੀ ਇਹ ਲੋਕਾਂ ਨੂੰ ਪਹਿਲਾਂ ਤਾਂ ਨਹੀਂ ਪਤਾ ਲੱਗਿਆ। ਅੱਛਾ, ਮੈਨੂੰ ਇਹ ਨਹੀਂ ਸਮਝ ਆਈ ਵੀ ਕਿਸੇ ਵੀ ਅਣਜਾਣ ਥਾਂ ਦੇ ਉੱਪਰ ਇੱਕ ਜਿਹੜਾ ਟੈਂਪੂ ਆ ਕੇ ਖੜਦਾ ਹੈ ਤੇ ਉਹ ਪੂਰਾ ਭਰਿਆ ਹੋਇਆ ਉਹਨਾਂ ਬੋਤਲਾਂ ਦੇ ਨਾਲ ਹੈ ਨਾ, ਤੇ ਉਹ ਆ ਕੇ ਫ੍ਰੀ 'ਚ ਐਵੇਂ ਵੰਡੀ ਜਾ ਰਹੇ, ਉਹਦੇ ਪਿੱਛੇ ਬੰਦਾ ਸੋਚਦਾ ਹੀ ਹੈ ਕੋਈ ਨਾ ਕੋਈ ਕਾਰਨ ਤਾਂ ਹੋਏਗਾ, ਪਰ ਉਹਨਾਂ ਲੋਕਾਂ ਨੇ ਉਹ ਕਾਰਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹਦੇ ਜਿਹਦੇ ਹੱਥ ਜਿੰਨੀਆਂ ਜਿੰਨੀਆਂ ਬੋਤਲਾਂ ਜਿੰਨੀਆਂ ਇੰਨੀਆਂ ਪੇਟੀਆਂ ਆਈਆਂ ਉਹਨਾਂ ਨੇ, ਚਾਹੇ ਉਹ ਕੋਈ ਰਿਕਸ਼ੇ ਤੇ ਸੀ, ਚਾਹੇ ਉਹ ਸਾਈਕਲ ਤੇ ਸੀ, ਚਾਹੇ ਉਹ ਮੋਟਰਸਾਈਕਲ ਤੇ ਸੀ, ਹਾਂ ਟੁੱਟ ਕੇ ਪੈ ਗਏ ਵੀ ਪਤਾ ਨਹੀਂ ਲੱਗਾ ਬੋਤਲਾਂ ਗਈਆਂ ਕਿੱਥੇ ਹੈ ਨਾ। ਬਾਅਦ ਵਿੱਚ ਕਹਿੰਦੇ ਕੁਝ ਲੋਕਾਂ ਨੇ ਦੇਖਿਆ ਤੇ ਉਹ ਬੋਤਲਾਂ ਦੀ ਡੇਟ ਜਿਹੜੀ ਉਹ ਐਕਸਪਾਇਰਡ ਸੀਗੀ ਹੈ ਨਾ, ਕਈਆਂ ਨੇ ਉੱਥੇ ਰੋੜ ਦਿੱਤੀਆਂ ਦੋ ਚਾਰ ਜਣਿਆਂ ਨੇ ਵੀ ਇਹਨਾਂ ਦਾ ਕੀ ਫਾਇਦਾ, ਇਹ ਤਾਂ ਖਰਾਬ ਹੈ, ਬਾਕੀਆਂ ਦਾ ਜਿਗਰਾ ਉਹ ਵੀ ਨਹੀਂ ਪਿਆ। ਅੱਛਾ, ਲੋਕੀ ਇਦਾਂ ਹੀ ਭਰ ਭਰਾ ਕੇ ਜਿਵੇਂ ਜਿਵੇਂ ਲਜਾ। ਗੱਲ ਹਰਮਨ ਜੀ ਇਹ ਹੈ ਹਾਂਜੀ ਵੀ ਬੰਦੇ ਨੂੰ ਲਾਲਚੀ ਇੰਨਾ ਨਹੀਂ ਹੋਣਾ ਚਾਹੀਦਾ ਵੀ ਜ਼ਿੰਦਗੀ ਦਾ ਖੌਈ ਬਣ ਜੇ। ਬਿਲਕੁਲ ਸਹੀ। ਦੇਖੋ ਚੀਜ਼ ਆ ਜਿਹੜੀ ਉਹਦੀ ਵਰਤੋਂ ਕਰਨੀ, ਦੁਰਵਰਤੋਂ ਕਰਨੀ, ਆਪਣੀ ਸਿਹਤ ਦਾ ਨੁਕਸਾਨ ਕਰਨਾ ਜਾਂ ਆਪਣੀ ਸਿਹਤ ਨੂੰ ਸਲਾਮਤ ਰੱਖਣਾ, ਇਹ ਤਾਂ ਸਾਡੇ ਆਪਣੇ ਤੇ ਨਿਰਭਰ ਕਰਨ ਦੀ ਗੱਲ ਹੈ ਨਾ। ਜਿਵੇਂ ਤੁਸੀਂ ਇਹ ਖਬਰ ਸੁਣਾਈ ਹੈ ਨਾ, ਇਹ ਮੈਨੂੰ ਹੈਰਾਨੀ ਬਹੁਤ ਹੋਈ ਹੈ ਇਹਦੇ ਉੱਤੇ, ਕਿਉਂਕਿ ਬੰਦਾ ਇੰਨਾ ਲਾਲਚੀ ਹੋਵੇ ਵੀ ਟੁੱਟ ਕੇ ਪੈ ਜੇ, ਇਹ ਵੀ ਨਾ ਸੋਚੇ ਵੀ ਇਹ ਕਿੰਨੇ ਕੁ ਦਾ ਹੋਊਗਾ ਬੱਤਾ, ਕਿੰਨੇ ਕੁ ਦੀ ਕੋਲਡ ਡਰਿੰਕ ਹੋਊਗੀ, 20 ਦੀ ਹੋਊ, 30 ਦੀ ਹੋਊ, 50 ਦੀ ਹੋਊ, 100 ਦੀ ਹੋਊ, ਫਿਰ ਇਹ ਨਹੀਂ ਸੋਚਿਆ ਕਿ ਇਹ ਬੰਦੇ ਕੌਣ ਆ, ਇਹ ਕਾਹਤੋਂ ਵੰਡਦੇ ਆ, ਇਹ ਕਿੱਥੋਂ ਲਿਆਏ ਆ, ਇਹਦੇ ਪਿੱਛੇ ਕਾਰਨ ਕੀ ਆ। ਉਦਾਂ ਅਸੀਂ ਦੁਨੀਆ ਜਾਣਦੇ ਵਹਿਮ ਭਰਮਾਂ 'ਚ ਫਸੇ ਹੋਏ ਆ ਹੈ ਨਾ, ਵੀ ਕਿਸੇ ਤੋਂ ਆਂਢੀ ਗੁਆਂਢੀ ਤੋਂ ਵੀ ਲੈ ਕੇ ਕੁਛ ਖਾਣਾ ਨਹੀਂ, ਇਹਨੇ ਪਤਾ ਨਹੀਂ ਕੀ ਫੂਕਿਆ, ਟੂਣਾ ਨਾ ਕੀਤਾ ਹੋਵੇ, ਤਾਂ ਏਦਾਂ ਕੋਈ ਬੋਤਲਾਂ ਵੰਡਣ ਆਇਆ ਉਦੋਂ ਕਿਸੇ ਨੂੰ ਨਾ ਟੂਣਾ ਚੇਤੇ ਆਇਆ। ਮੈਨੂੰ ਨਾ ਗੱਲ ਚੇਤੇ ਆ ਗਈ, ਹਾਂਜੀ, ਬਜ਼ੁਰਗ ਕਹਿੰਦੇ ਹੁੰਦੇ ਸੀਗੇ, ਕਹਿੰਦੇ ਵੀ ਜੇ ਸਰਕਾਰੀ ਤੇਲ ਮਿਲਦਾ ਹੋਵੇ ਤੇ ਤੁਹਾਡੇ ਕੋਲੇ ਭਾਂਡਾ ਨਾ ਹੋਵੇ ਤਾਂ ਜੁੱਤੀ 'ਚ ਹੀ ਪਵਾ ਲਓ। ਤੇ ਇਹ ਮੈਨੂੰ ਉਹ ਗੱਲ ਜਾਪਦੀ ਆ ਵੀ ਜੇ ਮੁਫਤ ਦੇ ਵਿੱਚ ਮਿਲਦਾ, ਸਹੀ ਗੱਲ, ਮੁਫਤ ਦੀ ਤਾਂ ਆਪਾਂ ਜ਼ਹਿਰ ਨਹੀਂ ਛੱਡਦੇ, ਸਹੀ ਗੱਲ ਆ, ਭਾਵੇਂ ਮੁੜ ਕੇ, ਮਤਲਬ ਨਾ ਜਿੰਨੇ ਦੀ ਬੋਤਲ ਨਹੀਂ ਭਾਵੇਂ ਮੁੜ ਕੇ ਉਦੋਂ ਦੁੱਗਣ੾ ਦਵਾਈਆਂ ਤੇ ਲਾਉਣੇ ਪੈ ਜਾਣ, ਪਰ ਇੱਕ ਵਾਰ ਉਹ ਆਨੰਦ ਤਾਂ ਲੈ ਲੈ ਵੀ ਮੁਫਤ 'ਚ ਬੋਤਲਾਂ ਲੈ ਕੇ ਆਏ। ਦੇਖੋ ਇਦਾਂ ਮਾੜੀ ਗੱਲ ਆ ਵੈਸੇ, ਹਾਂ ਬਿਲਕੁਲ। ਦੇਖੋ ਜਿਹੜੇ ਇਹ ਬੱਤੇ ਆ ਨਾ ਕੋਲਡ ਡਰਿੰਕ ਆ, ਭਾਵੇਂ ਕਿਸੇ ਵੀ ਕੰਪਨੀ ਦਾ ਕਿਉਂ ਨਾ ਹੋਵੇ, ਹਾਂਜੀ, ਉਹ ਰਾਮਦੇਵ ਦੀਆਂ ਮੈਂ ਬਾਹਲੀਆਂ ਗੱਲਾਂ ਨਾਲ ਤਾਂ ਸਹਿਮਤ ਹੈ ਨਹੀਂਗਾ, ਕਿਉਂਕਿ ਉਹਦੀ ਵੀ ਦੁਕਾਨਦਾਰੀ ਚਮਕੀ ਵੀ ਹੈ, ਠੀਕ ਆ। ਰਾਮਦੇਵ ਪਹਿਲਾਂ ਢਿੱਡ ਘੁਮਾਉਣ ਦਾ ਕਾਰੋਬਾਰ ਕਰਦਾ ਸੀ, ਕਪਾਲ ਭਾਤੀਆਂ, ਫਿਰ ਉਹਦਾ ਚੱਲ ਪਿਆ ਜੜੀ ਬੂਟੀਆਂ ਦੀਆਂ ਸਿਲਸਿਲੇ ਜੇ ਵਾਲਾ, ਫਿਰ ਉਸ ਤੋਂ ਬਾਅਦ ਉਹਨੇ ਹਰ ਚੀਜ਼ ਹੀ ਬਣਾ ਲਈ, ਔਰਤਾਂ ਦਾ ਕੱਜਲ ਬਣਾਤਾ, ਨੇਲ ਪੋਲਿਸ਼ਾਂ ਬਣਾਉਣ ਲੱਗ ਗਿਆ, ਪਾਊਡਰ ਬਣਾਉਣ ਲੱਗ ਗਿਆ, ਸੁਰਖੀਆਂ ਬਣਾਉਣ ਲੱਗ ਗਿਆ, ਤਾਂ ਜੀਨ ਦੀ ਪੈਂਟ ਬਣਾਉਣੀ ਆ ਉਹਨੇ, ਉਹ ਵੀ ਪੱਤਿਆਂ ਦੀ ਬਣਾਉਂਦੇ ਰਹੇ। ਪਤਾ ਲੱਗੇ ਵੀ ਭਾਈ ਆ ਫਲਾਣੀ ਥਾਂ ਤੋਂ ਜਿਹੜੀ ਆ ਬੂਟੀ ਦੀਆਂ ਪੱਤੀਆਂ ਦੀਆਂ ਬਣਾਈਆਂ ਇਹ, ਪਰ ਮੈਂ ਇਹ ਸੋਚਦਾ ਕਿ ਉਹਨੇ ਇੱਕ ਗੱਲ ਕਹੀ ਸੀ ਵੀ ਜਿਹੜੇ ਇਹ ਕੋਲਡ ਡਰਿੰਕ ਆ ਨਾ, ਹਾਂਜੀ, ਉਹਨਾਂ ਕੋਲਡ ਡਰਿੰਕਾਂ ਦੇ ਵਿੱਚ ਇਹੋ ਜਿਹੇ ਕੈਮੀਕਲ ਆ ਵੀ ਟਾਇਲਟ ਦੀਆਂ ਸੀਟਾਂ ਹੁੰਦੀਆਂ ਜਿਹੜੀਆਂ ਉਹ ਧੋਣ ਦੇ ਕੰਮ, ਸੋ ਮੇਰੇ ਖਿਆਲ ਦੇ ਮੁਤਾਬਕ ਤਾਂ ਭਾਈ ਸਾਨੂੰ ਕੋਲਡ ਡਰਿੰਕ ਬੱਤੇ ਆ ਜਿਹੜੇ ਨਹੀਂ ਵਰਤਣੇ ਚਾਹੀਦੇ। ਲੱਸੀ ਹੈਗੀ ਆ, ਸ਼ਿਕੰਜਵੀ ਹੈਗੀ ਆ, ਹੋਰ ਘਰ ਦੀਆਂ ਚੀਜ਼ਾਂ ਹੁੰਦੀਆਂ, ਕਿਆ ਬਾਤ, ਉਹ ਵਧੀਆ। ਹਰਮਨ ਜੀ ਕਈ ਨੌਜਵਾਨ ਨਾ ਇਹੋ ਜਿਹੇ ਹੁੰਦੇ ਆ ਜਿਹੜੇ ਇੱਕ ਵੱਖਰਾ ਸੰਸਾਰ ਸਿਰਜਦੇ ਆ ਆਪਣੀ ਮਿਹਨਤ ਦੇ ਨਾਲ, ਆਪਣੀ ਲਗਨ ਦੇ ਨਾਲ, ਆਪਣੀ ਸੁਹਿਰਦਤਾ ਦੇ ਨਾਲ, ਹਾਂਜੀ। ਤੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਨਾ ਇੱਕ ਹੈਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਗਲੀ ਦਾ ਮਿਥਨ। ਅੱਛਾ ਜੀ। ਮਿਥਨ ਨਾਂ ਦਾ ਜਿਹੜਾ ਇਹ ਨੌਜਵਾਨ ਆ ਨਾ,
ਇਹਦੀ ਉਮਰ ਬਹੁਤ ਛੋਟੀ ਆ, 22-23 ਵਰਿਆਂ ਦਾ ਹੀ ਆ ਹਲੇ। ਅੱਛਾ। ਪਰ ਇਹਨੇ ਇਹੋ ਜਿਹਾ ਮਾਰਕਾ ਮਾਰਿਆ ਵੀ ਮੇਰਾ ਦਿਲ ਕਰਦਾ ਕਿ ਮੈਂ 100 ਵਾਰ ਸਲਾਮ ਕਰਾਂ ਇਹਨੂੰ। ਦੇਖੋ ਚੰਗੇ ਕੰਮ ਜਿਹੜਾ ਬੰਦਾ ਕਰਦਾ ਨਾ ਉਹਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਜੇ ਅਸੀਂ ਮਾੜੇ ਕੰਮ ਦੇ ਵਿੱਚ ਨਗੋਚ ਕਰਦੇ ਹਾਂ, ਨਗੋਚਾਂ ਕੱਢਦੇ ਹਾਂ, ਤਾਂ ਉਸ ਤੋਂ ਬਾਅਦ ਸਾਡਾ ਫਰਜ਼ ਬਣਦਾ ਨਿੱਜੀ ਤੌਰ ਦੇ ਉੱਤੇ, ਇਖਲਾਕੀ ਤੌਰ ਦੇ ਉੱਤੇ, ਕਿ ਅਸੀਂ ਉਹਦੇ ਚੰਗੇ ਕੰਮ ਦੀ ਸਿਫਤ ਕਰੀਏ। ਬਿਲਕੁਲ ਸਹੀ। ਤੇ ਮਿਥ ਨਾ ਜਿਹੜਾ ਉਹ ਅਸਲ ਦੇ ਵਿੱਚ ਬਹੁਤ ਗਰੀਬੜੇ ਪਰਿਵਾਰ ਦੇ ਵਿੱਚ ਜੰਮਿਆ। ਠੀਕ ਹੈ ਜੀ। ਬਿਹਾਰ ਦੇ ਨਾਲ ਸੰਬੰਧਿਤ ਉਹਦਾ ਪਿੱਛਾ ਸਾਰਾ। ਉਹਦਾ ਟੱਬਰ ਆ ਜਿਹੜਾ ਮਾਪੇ ਉਹ ਆ ਕੇ ਅੰਮ੍ਰਿਤਸਰ ਦੇ ਨਗਲੀ ਪਿੰਡ 'ਚ ਰਹਿਣ ਲੱਗ ਪਏ। ਅੱਛਾ ਜੀ। ਉਹ ਕਿਉਂਕਿ ਵਿਚਾਰਾ ਮਾਤੜ ਪਰਿਵਾਰ ਦੇ ਵਿੱਚੋਂ ਆ, ਗਰੀਬੜੇ ਪਰਿਵਾਰ 'ਚੋਂ ਆ, ਇਸ ਕਰਕੇ ਉਹ ਨਿੱਕੀ ਉਮਰ ਤੋਂ ਇੱਕ ਦੁਕਾਨ 'ਤੇ ਕੰਮ ਕਰਨ ਲੱਗ ਪਿਆ। ਠੀਕ। ਨਿਆਣੇ ਉਹਦੇ ਹਮ ਉਮਰ ਆ ਜਿਹੜੇ, ਉਹ ਬਸਤੇ ਟੰਗ ਕੇ ਮੋਢਿਆਂ ਦੇ ਉੱਤੇ ਸਕੂਲ ਜਾਂਦੇ ਸੀਗੇ, ਤੇ ਮਨ ਦੇ ਵਿੱਚੋਂ ਚੀਸ ਕਿਹੋ ਜਿਹੀ ਨਿਕਲਦੀ ਹੋਊਗੀ। ਬਿਲਕੁਲ। ਕਿਉਂਕਿ ਬਚਪਨ ਆ ਨਾ, ਬਚਪਨ ਨੂੰ ਤਾਂ ਹਰ ਚੀਜ਼ ਚਾਹੀਦੀ ਹੁੰਦੀ ਹੈ। ਬਿਲਕੁਲ ਸਹੀ। ਫਿਰ ਉਹਨੂੰ ਪਤਾ ਲੱਗ ਗਿਆ ਕਿ ਘਰੇਲੂ ਹਾਲਾਤ ਮਾੜੇ ਆ, ਹਾਂ ਮੈਂ ਨਹੀਂ ਪੜ੍ਹ ਸਕਦਾ। ਫਿਰ ਉਹਨੇ ਮਿਹਨਤ ਕੀਤੀ। ਅੱਛਾ ਜੀ। ਉਹਨੇ ਢਾਬੇ ਤੇ ਭਾਂਡੇ ਧੋਣ ਦਾ ਕੰਮ ਸ਼ੁਰੂ ਕਰ ਲਿਆ। ਓਏ ਹੋਏ ਹੋਏ। ਫਿਰ ਉਹਨੇ ਛੋਲਿਆਂ ਕੁਲਚਿਆਂ ਵਾਲੀ ਰੇਹੜੀ ਦੇ ਉੱਤੇ ਕੰਮ ਕੀਤਾ। ਅੱਛਾ ਜੀ। ਇਸ ਵਕਤ ਉਹ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਖੋਖਾ ਲਾਉਂਦਾ। ਅੱਛਾ। ਜਿਹੜੀ ਮਿੱਥਨ ਦੀ ਮਾਤਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਝਾੜ ਪੂੰਝ ਦਾ ਕੰਮ ਕਰਦੀ, ਸਫਾਈ ਦਾ। ਅੱਛਾ ਜੀ। ਮਿੱਥਨ ਦਾ ਜਿਹੜਾ ਬਾਪ ਆ ਉਹ ਰਿਕਸ਼ਾ ਚਲਾਉਣ ਦਾ ਕੰਮ ਕਰਦਾ। ਓਕੇ। ਪਰ ਇਸ ਦੇ ਬਾਵਜੂਦ ਮੁੰਡੇ ਨੇ ਜਿਹੜੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਆ, ਉਹ ਇਹ ਹੈ ਕਿ 170 ਗਰੀਬੜੇ ਬੱਚਿਆਂ ਨੂੰ ਉਹ ਪੜ੍ਹਾਉਣ ਦਾ ਕੰਮ ਕਰਦਾ, ਉਹ ਵੀ ਮੁਫਤ ਦੇ ਵਿੱਚ। ਓ ਮਾਈ ਗੋਡ। ਉਹ ਜਿਹੜੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਚਾਹੀਦੀਆਂ, ਹਾਂਜੀ, ਉਹ ਢਾਬੇ ਤੇ ਕੰਮ ਕਰਕੇ, ਹੋਟਲਾਂ 'ਚ ਕੰਮ ਕਰਕੇ, ਵੇਟਰ ਪੁਣੇ ਦਾ ਕੰਮ ਕਰਕੇ ਉਹ ਪੈਸੇ ਇਕੱਠੇ ਕਰਦਾ। 170 ਬੱਚਿਆਂ ਨੂੰ ਇਸ ਵਕਤ ਉਹ ਪੜ੍ਹਾ ਰਿਹਾ, ਕਿਸੇ ਤੋਂ ਪੰਜੀ ਨਹੀਂ ਲੈਂਦਾ। ਇੱਕ ਦੋ ਸੰਸਥਾਵਾਂ ਨੇ ਉਹਦੀ ਮਦਦ ਕੀਤੀ ਹੈ। ਉਹਨੇ ਜਿਹੜੀ ਉਹ ਮਦਦ ਆਈ ਹੈ ਨਾ, ਉਹਦੇ ਨਾਲ 3 ਅਧਿਆਪਕ ਰੱਖ ਲਏ 2-2 ਹਜ਼ਾਰ ਰੁਪਈਏ ਤੇ। ਓ ਮਾਈ ਗੋਡ। ਸੋ ਇਹੋ ਜਿਹੜੇ ਮੁੰਡੇ ਆ ਨਾ, ਇਹੋ ਜਿਹੀਆਂ ਕੁੜੀਆਂ ਨੇ ਜਿਹੜੀਆਂ, ਹਾਂਜੀ, ਉਹ ਕਮਾਲ ਦੀ ਗੱਲ ਆ। ਹਾਂ, ਮੈਨੂੰ ਐਂ ਲੱਗਦਾ ਹੁੰਦਾ ਹੈ ਕਿ ਇਸ ਵੇਲੇ ਜੋ, ਚਾਹੇ ਆਪਾਂ ਪੂਰੇ ਭਾਰਤ ਦੀ ਗੱਲ ਕਰ ਲਈਏ, ਜੋ ਹਾਲਾਤ ਨੇ ਨਾ, ਵੀ ਮਤਲਬ ਸਾਡੇ ਲੋਕਾਂ ਦੀ ਇਹ ਸੋਚ ਹੀ ਬਣ ਚੁੱਕੀ ਹੈ, ਚਾਹੇ ਕੋਈ ਵੱਡੇ ਲੈਵਲ ਤੇ ਆ, ਚਾਹੇ ਛੋਟੇ ਲੈਵਲ ਤੇ ਵੀ, ਜਿਹਦਾ ਜਿੱਥੇ ਦਾ ਲੱਗਦਾ, ਆਪਾਂ ਕਹਿੰਦੇ ਵੀ ਉਹ ਦਾ ਲਾ ਲਈਏ। ਜਿਵੇਂ ਮੈਂ ਉਹ ਕੋਲਡ ਡਰਿੰਕ ਵਾਲੀ ਗੱਲ ਤੁਹਾਨੂੰ ਸੁਣਾ ਰਹੀ ਸੀ, ਵੀ ਜਿਹਦਾ ਜਿੱਥੇ ਦਾ ਲੱਗਿਆ ਅਗਲੇ ਨੇ ਲਾਇਆ, ਹੈ ਨਾ। ਇਹੋ ਜਿਹੇ ਮਾਹੌਲ ਦੇ ਵਿੱਚ ਜੇ ਮੈਨੂੰ ਲੱਗਦਾ ਹੁੰਦਾ ਵੀ ਭਾਰਤ ਚੱਲ ਰਿਹਾ ਨਾ, ਜੇ ਅੱਜ ਵੀ ਦੁਨੀਆ ਦੇ ਉੱਤੇ ਭਾਰਤ ਦਾ ਨਾਂ ਹੈਗਾ, ਤਾਂ ਉਹ ਚੰਗੇ ਲੋਕਾਂ ਦੇ ਕਰਕੇ, ਇਦਾਂ ਦੇ ਲੋਕਾਂ ਕਰਕੇ। ਸਹੀ ਹੈ। ਤੇ ਮਿਥਨ ਆ ਨਾ ਜਿਹੜਾ, ਇੱਕ ਮੈਂ ਹੋਰ ਦੱਸਣਾ ਚਾਹੁੰਦਾ, ਹਾਂਜੀ, ਉਹਨੇ ਇਹ ਗੱਲ ਕਹੀ ਆ ਕਿ ਮੇਰਾ ਕੋਈ ਸਵਾਰਥ ਨਹੀਂ, ਮੈਂ ਬਿਲਕੁਲ ਪੰਜੀ ਨਹੀਂ ਕਮਾਉਣੀ ਚਾਹੁੰਦਾ ਇਸ ਸਮਾਜ ਸੇਵੀ ਕੰਮ ਦੇ ਵਿੱਚੋਂ, ਮੈਂ ਨਹੀਂ ਚਾਹੁੰਦਾ ਮੇਰੀਆਂ ਖਬਰਾਂ ਛਪਣ, ਮੈਂ ਨਹੀਂ ਚਾਹੁੰਦਾ ਮੇਰੀਆਂ ਚੈਨਲਾਂ ਦੇ ਉੱਤੇ ਮੂਰਤਾਂ ਆਉਣ, ਪਰ ਮੈਂ ਇਹ ਚਾਹੁੰਦਾ ਕਿ ਇਹਨਾਂ ਬੱਚਿਆਂ ਦਾ ਭਵਿੱਖ ਬਣ ਜੇ, ਕਿਉਂਕਿ ਇਹ ਮੇਰੇ ਵਰਗੇ ਆ। ਇਹ ਵੀ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਸਾਡੇ, ਉਹ ਉਹਨਾਂ ਨੂੰ ਪੜਾਉਂਦਾ ਜਿਹੜੇ ਉਹਨਾਂ ਦੇ ਇਲਾਕੇ ਦੇ ਵੱਲੋਂ ਜਾਂ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚੋਂ ਆਏ ਆ, ਕਿਉਂਕਿ ਸਮਝਦਾ ਕਿ ਇਹ ਸਾਰੇ ਸਾਡੇ ਆਪਣੇ ਆ, ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਇੱਥੇ ਆਏ ਆ, ਤੇ ਇਹਨਾਂ ਨੂੰ ਸਾਖਰ ਕਰਨਾ ਮੇਰਾ ਕੰਮ ਆ। ਜੱਜ ਦਾ ਵਿਚਾਰ। ਇਫ ਯੂ ਲਾਈਕ ਦਿਸ ਵੀਡੀਓ, ਪਲੀਜ਼ ਸਬਸਕ੍ਰਾਈਬ ਦ ਚੈਨਲ, ਲਾਈਕ ਐਂਡ ਸ਼ੇਅਰ ਦਿਸ ਵੀਡੀਓ। ਜੱਜ ਦਾ ਵਿਚਾਰ। ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਟੀਵੀ ਦੇ ਉੱਤੇ ਸੀਰੀਅਲ ਵੇਖਿਆ। ਅੱਛਾ। ਇਹਨੂੰ ਹੁਣ ਪੰਜਾਬੀ ਲੜੀਵਾਰ ਟੀਵੀ ਦੇ ਉੱਪਰ, ਟੈਲੀਵਿਜ਼ਨ ਤੇ ਇੱਕ ਲੜੀਵਾਰ ਵੇਖਿਆ ਜੀ, ਐਂਡ ਉਸ ਲੜੀਵਾਰ ਦੇ ਵਿੱਚ ਉਹ ਦਿਖਾਇਆ ਗਿਆ ਨਾ, ਖੈਰ ਗੱਲ ਸੀਰੀਅਸ ਆ, ਪਰ ਮੈਨੂੰ ਆਪਣੇ ਆਪ ਦੇ ਉੱਤੇ, ਮਤਲਬ ਕਹਿ ਲਓ ਵੀ ਆਪਣੇ ਆਪ ਦੇ ਵਿੱਚ ਇਹ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਪੰਜਾਬੀ ਸਿੱਖ ਰਹੀ ਹਾਂ। ਚਲੋ ਉਹ ਗੱਲਾਂ ਬਾਅਦ 'ਚ ਨੇ, ਪਰ ਹਾਂ ਜਿਹੜੇ ਮੈਂ ਲੜੀਵਾਰ ਦੀ ਗੱਲ ਕਰ ਰਹੀ ਸੀ, ਹੋਇਆ ਐਵੇਂ ਕਿ ਉਹਦੇ ਵਿੱਚ ਨਾ ਇੱਕ ਉਹ ਬੇਸਿਕਲੀ ਜਿਹੜਾ ਲੜੀਵਾਰ ਮੈਂ ਵੇਖਿਆ, ਉਹਦੇ 'ਚ ਜਿਹੜੀਆਂ ਸੱਚੀਆਂ ਘਟਨਾਵਾਂ ਨੇ ਉਹ ਦਿਖਾਈਆਂ ਜਾਂਦੀਆਂ ਨੇ, ਜੋ ਕੁਛ ਵਾਪਰਦਾ ਹੈ ਨਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਹੈ ਨਾ। ਉਹਦੇ ਵਿੱਚ ਇੱਕ ਇਹੋ ਜਿਹਾ ਕਹਿ ਲਓ ਵੀ ਸ਼ੋਅ ਦਿਖਾਇਆ ਗਿਆ, ਜਿਹਦੇ ਕਾਰਿਆਕ੍ਰਮ ਦਿਖਾਇਆ ਗਿਆ, ਜਿਹਦੇ ਵਿੱਚ ਕਿ ਨਾ ਇੱਕ ਨੌਕਰਾਣੀ ਹੈ, ਉਹ ਆਪਣੀ ਮਾਲਕਣ ਨੂੰ ਮਾਰਨਾ ਚਾਹੁੰਦੀ ਹੈ, ਹੈ ਨਾ। ਉਹਨੇ ਆਪਣੀ ਮਾਲਕਣ ਨੂੰ ਮਾਰ ਦਿੱਤਾ, ਤੇ ਉਹ ਜਿਹੜੀ ਮਾਲਕਣ ਦੀ ਛੋਟੀ ਜਿਹੀ ਧੀ ਹੈ, ਉਹਨੇ ਉਹ ਸਾਰਾ ਕੁਛ ਹੁੰਦਿਆਂ ਵੇਖ ਲਿਆ, ਹਾਰ ਕੇ ਉਹਨੂੰ ਧੀ ਨੂੰ ਵੀ ਮਾਰਨਾ ਪਿਆ, ਤੇ ਉਹਨੇ ਉਸ ਕੁੜੀ ਨੂੰ ਮਾਰ ਕੇ ਬੈੱਡ ਬਾਕਸ ਦੇ ਵਿੱਚ ਬੰਦ ਕਰ ਦਿੱਤਾ। ਅੱਛਾ ਅੱਛਾ। ਇਹ ਤਾਂ ਚਲੋ ਲੜੀਵਾਰ ਦੀ ਗੱਲ ਸੀ, ਬਿਲਕੁਲ ਸਹੀ। ਮੈਂ ਇਹਦੀ ਗੱਲ ਇਸ ਲਈ ਕੀਤੀ ਕਿਉਂਕਿ ਅਸਲ ਦੇ ਵਿੱਚ ਇਦਾਂ ਦੀ ਇੱਕ ਘਟਨਾ ਵਾਪਰੀ, ਥੋੜੀ ਜਿਹੀ ਇਹਦੇ ਤੋਂ ਅਲੱਗ ਹੋਏਗੀ, ਪਰ ਜਿਸ ਤਰੀਕੇ ਨਾਲ ਵਾਪਰੀ ਮੈਨੂੰ ਐ ਲੱਗਿਆ ਵੀ ਪਤਾ ਨੀ ਉਸ ਲੜੀਵਾਰ ਦੇ ਨਾਲ ਮਿਲਦੀ ਹੈ। ਹਾਂ ਹਾਂ। ਹੋਇਆ ਐਵੇਂ, ਬਰਨਾਲੇ ਦੀ ਗੱਲ ਹੈ, ਬਰਨਾਲੇ ਦੇ ਵਿੱਚ ਇੱਕ ਮਾਂ ਨੇ ਤੇ ਇੱਕ ਦਾਦੀ ਨੇ, ਇੱਕ ਬੱਚੀ ਦੀ ਮਾਂ ਤੇ ਇੱਕ ਦਾਦੀ, ਉਹਨਾਂ ਨੇ ਬੱਚੀ ਨੂੰ ਮਾਰ ਕੇ ਬੈੱਡ ਬਾਕਸ ਦੇ ਵਿੱਚ ਬੰਦ ਕਰ ਦਿੱਤਾ। ਓਹੋ। ਉਹਦੇ ਪਿੱਛੇ ਦਾ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਘਰੇ ਧੀ ਜੰਮੀ ਸੀ।
ਇਸ ਤੋਂ ਮਾੜੀ ਗੱਲ ਕੀ ਹੋ ਸਕਦੀ? ਮੈਂ ਤਾਂ ਨਾ ਇੰਨਾ ਭਾਵੁਕ ਹੋ ਜਾਂਦਾ ਇਹਨਾਂ ਗੱਲਾਂ 'ਤੇ ਵੀ ਸ਼ਬਦ ਬਾਉਣੇ ਪੈ ਜਾਂਦੇ ਆ। ਬਿਲਕੁਲ ਸਹੀ। ਵੀ ਕੀ ਆਪਣੇ ਮੂੰਹ ਦੇ ਵਿੱਚੋਂ ਕੱਢਾਂ ਅਤੇ ਕੀ ਨਾ ਕੱਢਾਂ? ਮਤਲਬ ਇੱਕ ਔਰਤ ਹੀ ਔਰਤ ਦੀ ਦੁਸ਼ਮਣ, ਸਾਡਾ ਸਮਾਜ ਇੰਨਾ ਵਹਿਸ਼ੀ ਹੋ ਸਕਦਾ? ਬਿਲਕੁਲ। ਮੈਂ ਕਦੇ ਪਹਿਲਾਂ ਕਿਆਸ ਨਹੀਂ ਸੀ ਕਰਦਾ ਅਤੇ ਹੁਣ ਮੈਨੂੰ ਕਦੇ ਕਦੇ ਇਹ ਜਾਪਦਾ ਹਰਮਨ ਜੀ ਵੀ ਜਿਹੜੀਆਂ ਅਖਬਾਰਾਂ ਨਾ ਉਹ ਸਿਆਹੀ ਦੇ ਨਾਲ ਨਹੀਂ ਸਗੋਂ ਲਹੂ ਨਾਲ ਛਪੀਆਂ। ਬਿਲਕੁਲ ਸਹੀ। ਕਦੇ ਸੜਕਾਂ 'ਤੇ ਲਹੂ ਡੁੱਲਦਾ, ਕਦੇ ਰਿਸ਼ਤਿਆਂ ਦਾ ਕਤਲ ਹੁੰਦਾ, ਕਦੇ ਢਿੱਡੋਂ ਜੰਮੇ ਧੀਆਂ ਪੁੱਤਾਂ ਦਾ ਕਤਲ ਹੁੰਦਾ। ਇਹ ਜਿਹੜੀ ਤੁਸੀਂ ਬਰਨਾਲੇ ਦੀ ਗੱਲ ਕਹੀ ਆ ਨਾ, ਇਹ ਮੈਂ ਵੀ ਖਬਰ ਪੜ੍ਹੀ ਸੀ। ਇਹ ਅਸਲ ਦੇ ਵਿੱਚ ਪਹਿਲੀ ਕੁੜੀ ਜੰਮ ਪਈ ਤੇ ਮਾਂ ਨੇ ਤੇ ਦਾਦੀ ਨੇ ਦੋਵਾਂ ਨੇ ਮਿਲ ਕੇ 22 ਦਿਨਾਂ ਦੀ ਕੁੜੀ ਮਾਰੀ ਆ। ਕੁੜੀ ਮਾਰ ਕੇ ਉਹਦਾ ਗਲ ਘੁੱਟ ਕੇ ਉਹਨੂੰ ਬੈੱਡ ਦੇ ਬਾਕਸ ਦੇ ਵਿੱਚ ਲੁਕੋਤਾ। ਆਂਢ ਗੁਆਂਢ ਦੇ ਵਿੱਚ ਇਹ ਗੱਲ ਫੈਲਾਤੀ, ਪੁਲਿਸ ਨੂੰ ਵੀ ਸ਼ਿਕਾਇਤ ਦੇਤੀ ਵੀ ਸਾਡੀ ਕੁੜੀ ਕੋਈ ਚੱਕ ਕੇ ਲੈ ਗਿਆ, ਗਵਾਚ ਗਈ ਹੈ। ਬਾਅਦ ਦੇ ਵਿੱਚ ਜਦੋਂ ਕੁੜੀ ਦਾ ਦਾਦਾ ਘਰੇ ਆਇਆ, ਉਹਦਾ ਨਾਂ ਹੈਗਾ ਜੱਜ ਸਿੰਘ, ਅੱਛਾ ਜੀ, ਉਹ ਘਰੇ ਆਇਆ ਆਥਣੇ ਕੰਮਕਾਜ ਤੋਂ, ਉਹਨੇ ਦੇਖਿਆ ਵੀ ਸਾਡੇ ਘਰ ਦੇ ਮੂਹਰੇ ਪੁਲਿਸ ਕਿਉਂ ਖੜੀ ਹੈ, ਲੋਕਾਂ ਤੋਂ ਇਕੱਠੇ ਆ। ਉਹਨੂੰ ਸ਼ੱਕ ਹੋ ਗਿਆ ਵੀ ਇਹ ਹਰ ਰੋਜ਼ ਕਹਿੰਦੀਆਂ ਹੁੰਦੀਆਂ ਸੀ ਵੀ ਸਾਨੂੰ ਮੁੰਡਾ ਚਾਹੀਦਾ ਮੁੰਡਾ ਚਾਹੀਦਾ, ਕਿਤੇ ਇਹਨਾਂ ਨੇ ਨਾ ਕੋਈ ਕਾਰਾ ਕੀਤਾ ਹੋਵੇ। ਉਹਨੇ ਸਾਰੇ ਘਰ ਦੀ ਫਿਰ ਤਲਾਸ਼ੀ ਲਈ, ਬਿਲਕੁਲ ਸਾਰੇ ਖੱਲੀ ਖੂੰਜੀ ਦੇਖਿਆ, ਫਿਰ ਉਹਨੇ ਬੈੱਡ ਦਾ ਬਾਕਸ ਖੋਲਿਆ ਨਾ ਜਦੋਂ, ਤੇ ਵਿੱਚ ਨੰਨੀ ਮੁੰਨੀ ਬੱਚੀ ਆ ਜਿਹੜੀ ਉਹ ਇਸ ਸੰਸਾਰ ਤੋਂ ਜਾ ਚੁੱਕੀ ਸੀਗੀ। ਉਸ ਤੋਂ ਬਾਅਦ ਉਹਨੇ ਪਰਚਾ ਦਰਜ ਕਰਵਾਇਆ ਆਪਣੀ ਵੋਟੀ ਦੇ ਉੱਤੇ ਖੁਦ 302 ਦਾ, ਤੇ ਕਰਵਾਉਣਾ ਵੀ ਚਾਹੀਦਾ ਸੀ, ਬਿਲਕੁਲ ਚਾਹੀਦਾ, ਕਿਉਂਕਿ ਪਤਨੀ ਮੋਹ ਦੇ ਵਿੱਚੋਂ ਬਾਹਰ ਨਿਕਲ ਕੇ ਬੰਦੇ ਨੇ ਜੋ ਕੀਤਾ ਨਾ, ਇਹ ਬਿਲਕੁਲ ਸਲਾਮ ਕਰਨ ਦਾ ਹੱਕਦਾਰ ਉਹ ਬੰਦਾ ਤੇ ਲਾਂਤਾਂ ਦੀ ਹੱਕਦਾਰ ਉਹ ਔਰਤ ਤੇ ਉਹ ਮਾਂ। ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਪਹਿਲੀ ਚੀਜ਼ ਤਾਂ ਇਹ ਜੋ ਮੈਂ ਅੱਜ ਤੱਕ ਆਪਣੇ ਘਰ ਪਰਿਵਾਰ ਤੋਂ ਸਿੱਖੀ ਹੈ, ਕਿਉਂਕਿ ਅਸੀਂ ਵੀ 3 ਭੈਣਾਂ, ਸਹੀ, ਠੀਕ ਹੈ, ਤੇ ਮੈਨੂੰ ਕਦੀ ਇਹ ਮੇਰੇ ਮਾਪਿਆਂ ਨੇ ਫੀਲ ਨਹੀਂ ਹੋਣ ਦਿੱਤਾ ਕਿ ਅਸੀਂ ਕੁੜੀਆਂ ਆ, ਜਾਂ ਨਾ ਹੀ ਸਾਡੇ ਪਰਿਵਾਰ ਦੇ ਵਿੱਚ ਇਹ ਗੱਲ ਖੈਰ ਕਦੀ ਹੋਈ ਹੈ। ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਹੁੰਦਾ ਵੀ ਉਹ ਕਹਿੰਦੇ ਹੁੰਦੇ ਨੇ, ਸਾਡੇ ਘਰ ਦੇ ਵੀ ਹਮੇਸ਼ਾ ਇਹੀ ਕਹਿੰਦੇ ਨੇ ਕਿ ਹਰੇਕ ਬੱਚਾ ਚਾਹੇ ਉਹ ਧੀ ਹੈ ਚਾਹੇ ਉਹ ਪੁੱਤ ਹੈ, ਉਹ ਆਪਣੀ ਕਿਸਮਤ ਲੈ ਕੇ ਜਾਂਦਾ ਦੁਨੀਆਂ। ਧੀਆਂ ਜੇ ਮਾਰ ਮਕਾਓਗੇ ਤਾਂ ਨੂੰਹਾਂ ਕਿੱਥੋਂ ਲਿਆਓਗੇ? ਬਿਲਕੁਲ। ਧੀ ਤੇ ਰੁੱਖ ਜੇ ਨਾ ਸਾਂਭੇ ਨਾ ਮਾਂ ਰਹਿਣੀ ਨਾ ਛਾਂ ਰਹਿਣੀ। ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ। ਮਨਮੋਹਨ ਵਾਰਸ ਨੇ ਗਾਇਆ ਸੀ ਇਹ। ਸਾਡੇ ਗੁਰੂ ਸਾਹਿਬਾਨ ਵੀ ਕਹਿੰਦੇ ਆ ਕਿ ਔਰਤ ਦਾ ਸਤਿਕਾਰ ਕਰਨਾ ਚਾਹੀਦਾ। ਬਿਲਕੁਲ। ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿੰਨੀਆਂ ਸਿੱਖਿਆਵਾਂ ਦਿੱਤੀਆਂ, ਤੇ ਜਿਹੜੇ ਲੋਕ ਹਾਲੇ ਵੀ ਇਹਨਾਂ ਗੱਲਾਂ ਦੇ ਉੱਤੇ ਸਿੱਖਿਆਵਾਂ ਤੇ ਅਮਲ ਨਹੀਂ ਕਰਦੇ ਉਹ ਮਨੁੱਖ ਹੈ ਜਾਂ ਨਹੀਂ ਹੈ, ਇਹ ਵੀ ਇੱਕ ਵੱਖਰਾ ਹੀ ਸਵਾਲ ਆ। ਹੁਣ ਮੈਂ ਥੋੜੀ ਜਿਹੀ ਸਿਹਤ ਨਾਲ ਰਿਲੇਟਡ ਗੱਲ ਕਰਨਾ ਚਾਹੁੰਦੀ ਹਾਂ। ਜ਼ਰੂਰ ਜ਼ਰੂਰ। ਯਾਨੀ ਕਿ ਸਿਹਤ ਨਾਲ ਜੁੜੀ ਹੋਈ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਰਾ ਇਹ ਮਕਸਦ ਹੁੰਦਾ ਕਿ ਬੰਦਾ ਸਿਹਤਮੰਦ ਰਹਿਣਾ ਚਾਹੀਦਾ। ਠੀਕ ਹੈ, ਮੈਂ ਕੋਈ ਟਿੱਪਣੀ ਨਹੀਂ ਕਰਦਾ, ਪਰ ਰਹਿਣਾ ਚਾਹੀਦਾ, ਰਹਿਣਾ ਚਾਹੀਦਾ, ਤੇ ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਕੋਈ ਨਾ ਕੋਈ ਰਿਸਰਚ, ਕੋਈ ਨਾ ਕੋਈ ਇਦਾਂ ਦੀ ਗੱਲਬਾਤ ਜਾਂ ਸਿਹਤ ਨਾਲ ਜੁੜੀ ਹੋਈ ਜਿਹੜੀ ਕੋਈ ਗੱਲ ਹੈ, ਖੋਜ ਜਿਹੜੀ ਹੈ ਨਾ ਕੋਈ ਵੀ, ਉਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ, ਵਿਚਾਰ ਵਟਾਂਦਰਾ ਸੰਵਾਦ ਹੋਣਾ ਚਾਹੀਦਾ, ਸੰਵਾਦ ਹੋਣਾ ਚਾਹੀਦਾ। ਤੇ ਅੱਜ ਜਿਹੜੀ ਮੈਂ ਗੱਲ ਦੱਸਣੀ ਹੈ ਉਹ ਮੈਂ ਦੱਸਣੀ ਹੈ ਗਲੇ ਦੀ ਇਨਫੈਕਸ਼ਨ ਨਾਲ ਜੁੜੀ ਹੋਈ। ਅੱਛਾ। ਕਿ ਤੁਸੀਂ, ਕਿਉਂਕਿ ਦਵਾਈਆਂ ਜਿਹੜੀਆਂ ਨੇ ਨਾ ਉਹ ਜਿੰਨੀਆਂ ਖਾਓ ਉਨੀਆਂ ਮਾੜੀਆਂ ਹੁੰਦੀਆਂ ਨੇ, ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਲੰਬੇ ਸਮੇਂ ਲਈ, ਲੰਬੇ ਸਮੇਂ ਲਈ। ਐਂਡ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਘਰੇਲੂ ਨੁਸਖੇ ਜਿਹੜੇ ਨੇ ਉਹ ਅਪਣਾਓ, ਤਾਂ ਜੋ ਤੁਸੀਂ ਵੀ ਸਿਹਤਮੰਦ ਰਹੋ। ਦਾਦੀ ਮਾਂ ਦੇ ਨੁਸਖੇ ਜਿਹੜੇ ਹੁੰਦੇ ਆ, ਹਾਂ, ਤਾਂ ਜੋ ਤੁਸੀਂ ਵੀ ਸਿਹਤਮੰਦ ਰਹੋ, ਤੇ ਜੇ ਤੁਸੀਂ ਸਿਹਤਮੰਦ ਹੋ ਮਤਲਬ ਸਾਰਾ ਪਰਿਵਾਰ ਸਿਹਤਮੰਦ ਹੈ, ਹੈ ਨਾ। ਸੋ ਅੱਜ ਮੈਂ ਦੱਸੂਗੀ ਕਿ ਜੇ ਕਿਸੇ ਨੂੰ ਗਲੇ ਦੀ ਇਨਫੈਕਸ਼ਨ ਹੋ ਜਾਵੇ ਤਾਂ ਉਹਨੂੰ ਕੀ ਕਰਨਾ ਚਾਹੀਦਾ, ਮਤਲਬ ਗਲੇ 'ਚ ਖਰਾਸ਼ ਹੈ, ਗਲਾ ਖਰਾਬ ਹੈ, ਮਲੱਠੀ ਵਾਲ ਕੇ ਪੀਣੀ ਚਾਹੀਦੀ ਹੈ? ਓ ਕੀ ਬਾਤ ਹੈ, ਠੀਕ ਹੈ, ਹਾਂਜੀ। ਇਸ ਤੋਂ ਇਲਾਵਾ ਗਰਮ ਪਾਣੀ ਵੀ ਪੀਣਾ ਚਾਹੀਦਾ, ਬਿਲਕੁਲ ਸਹੀ, ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ, ਹਾਂਜੀ, ਬਰਫ਼ ਤੋਂ ਤਾਂ ਬਹੁਤ ਦੂਰ ਰਹਿਣਾ ਚਾਹੀਦਾ, ਮਤਲਬ ਬਰਫ਼ ਤੁਹਾਡੇ ਲਈ ਹੈ ਹੀ ਨਹੀਂ, ਹੈ ਹੀ ਨਹੀਂ, ਠੀਕ ਆ, ਆਈਸਕ੍ਰੀਮ ਹੈ ਨਹੀਂ, ਹੈ ਨਹੀਂ, ਖੱਟੀਆਂ ਚੀਜ਼ਾਂ ਹੈ ਨਹੀਂ, ਇਹਨਾਂ ਬਹੁਤ ਨਹੀਂ, ਜਿਹੜੀਆਂ ਮੈਨੂੰ ਪਤਾ ਸੀ ਉਹ ਇਸ ਤੋਂ ਅਲੱਗ ਨੇ। ਅੱਛਾ, ਤੁਸੀਂ ਸ਼ਹਿਦ ਵਾਲੀ ਚਾਹ ਪੀਓ, ਠੀਕ ਹੈ, ਚੀਨੀ ਦੀ ਜਗ੍ਹਾ ਸ਼ਾਹ ਦੇ ਵਿੱਚ ਸ਼ਹਿਦ ਮਿਲਾ ਕੇ ਤੇ ਫਿਰ ਪੀਓ, ਉਹਦੇ ਨਾਲ ਗਲੇ ਦੀ ਇਨਫੈਕਸ਼ਨ ਠੀਕ ਹੁੰਦੀ ਹੈ। ਉਸ ਤੋਂ ਇਲਾਵਾ ਤੁਸੀਂ ਹਰਬਲ ਚਾਹ ਪੀਓ, ਮਤਲਬ ਉਹੀ ਮਲੱਠੀ ਵਗੈਰਾ ਪਾ ਕੇ ਵਿੱਚ ਚਾਹ ਦੇ ਵਿੱਚ ਤੇ ਫਿਰ ਪੀਓ, ਤੁਲਸੀ ਦੇ ਪੱਤੇ ਪਾ ਲਓ, ਹਾਂ, ਉਹਦੇ ਨਾਲ ਅਦਰਕ ਪਾ ਲਓ, ਉਹਦੇ ਨਾਲ ਗਲਾ ਜਿਹੜਾ ਉਹ ਠੀਕ ਹੋ ਜਾਏਗਾ। ਉਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਪੀਓ, ਕਿਉਂਕਿ ਹਲਦੀ ਆਪਣੇ ਆਪ ਦੇ ਤੁਹਾਨੂੰ ਪਤਾ ਇੱਕ ਐਂਟੀਬਾਇਓਟਿਕ, ਉਹ ਨਾਲੇ ਹਲਦੀ ਵਾਲਾ ਦੁੱਧ ਆ ਜਿਹੜਾ ਉਹ ਜੋੜ ਠੀਕ ਕਰਦਾ, ਉਹ ਗਲਾ ਵੀ ਕਰ ਦਿੰਦਾ, ਉਹ ਹਾਂ ਉਹ ਗਲਾ ਵੀ ਠੀਕ ਕਰ ਦਿੰਦਾ, ਕੋਈ ਜਿਹੜੇ ਸੱਟ ਫੇਟ ਜੋ ਲੱਗ ਜਾਵੇ, ਗੁੱਝੀਆਂ ਸੱਟਾਂ ਹੋਣ ਤਾਂ ਵੀ ਕਹਿੰਦੇ ਉਹ ਪੀਓ ਤੇ ਠੀਕ ਹੈ ਨਾ। ਉਸ ਤੋਂ ਇਲਾਵਾ ਲੂਣ ਵਾਲਾ ਪਾਣੀ ਪੀਓ, ਠੀਕ ਹੈ, ਉਸ ਤੋਂ ਬਾਅਦ ਅਦਰਕ ਵਾਲੀਆਂ ਜਿਹੜੀਆਂ ਗੋਲੀਆਂ ਨੇ, ਕਈ ਵਾਰ ਬਣੀਆਂ ਬਣਾਈਆਂ ਮਿਲ ਜਾਂਦੀਆਂ ਨੇ, ਜਾਂ ਵੈਸੇ ਸ਼ਹਿਦ ਦੇ ਵਿੱਚ ਅਦਰਕ ਦਾ ਰਸ ਪਾ ਕੇ, ਘਰੇ ਕੰਮ ਕਰ ਲੈਣਾ ਚਾਹੀਦਾ, ਆਪ ਬਣਾਵੇ ਇਹ ਚੀਜ਼, ਸ਼ਹਿਦ ਦੇ ਵਿੱਚ ਅਦਰਕ ਦਾ ਰਸ ਪਾ ਕੇ ਤੇ ਫਿਰ ਤੁਸੀਂ ਉਹ ਲੈ ਲਓ, ਉਹਦੇ ਨਾਲ ਵੀ ਉਹ ਠੀਕ ਹੋ ਜਾਂਦੀਆਂ। ਬਹੁਤ ਵਧੀਆ ਗੱਲ, ਇਹੋ ਜਿਹੀਆਂ ਜਾਣਕਾਰੀਆਂ ਨਾ ਹਰ ਇੱਕ ਦੇ ਕੋਲੇ ਹੋਣੀਆਂ ਚਾਹੀਦੀਆਂ। ਬਿਲਕੁਲ। ਮੇਰੀ ਮਾਤਾ, ਹਾਂਜੀ, ਉਹ ਘਰੇਲੂ ਨੁਸਖੇ ਬਹੁਤ ਅਪਣਾਉਂਦੇ ਆ,
ਉਹਨਾਂ ਨੇ ਜਿਹੜਾ ਮਸਾਲਾ ਹੁੰਦਾ ਨਾ ਸਬਜ਼ੀ ਵਾਲਾ, ਉਹ ਵੀ ਘਰੇ ਬਣਾਇਆ। ਕਿਆ ਬਾਤ ਹੈ, ਮੈਨੂੰ ਬੜੀ ਚੰਗੀ ਲੱਗਦੀ ਇਹ ਗੱਲ, ਮੈਂ ਸਿੱਖਦਾ ਹੁੰਦਾ ਉਹਨਾਂ ਤੋਂ। ਅੱਛਾ ਜੀ। ਹਾਂ, ਕਿਉਂਕਿ ਮੇਰਾ ਵੈਸੇ ਭਾਵੇਂ ਰੁਝੇਵਾਂ ਕਾਫੀ ਰਹਿੰਦਾ, ਪਰ ਫਿਰ ਵੀ ਜੇ ਕੋਈ ਮੈਨੂੰ ਕੰਮ ਦੀ ਗੱਲ ਲੱਗੀ ਵੀ ਯਾਰ ਇਹ ਆਹ ਚੀਜ਼ ਆ ਜਿਹੜੀ ਇਹ ਘਰੇ ਪਈ ਆ ਤੇ ਮੇਰੀ ਥੋੜੀ ਜਿਹੀ ਮਿਹਨਤ ਦੇ ਨਾਲ ਮੇਰਾ ਮਸਲਾ ਹੱਲ ਹੋ ਸਕਦਾ, ਤਾਂ ਫਿਰ ਮੈਂ ਆਪਣੀ ਮਾਂ ਨੂੰ ਆਪਣੀ ਮਾਰਗਦਰਸ਼ਕ ਮੰਨਦਾ ਇਸ ਮਾਮਲੇ ਚ। ਤੇ ਮੇਰੇ ਖਿਆਲ ਦੇ ਮੁਤਾਬਕ ਜਿਹੜੇ ਦਰਸ਼ਕ ਨੇ ਉਹਨਾਂ ਨੇ ਹਰਮਨ ਜੀ ਦੀ ਗੱਲ ਤੋਂ ਕਾਫੀ ਕੁਛ ਸਿੱਖਿਆ ਹੋਣਾ। ਤੇ ਭਾਈ ਜੇ ਤੁਹਾਡਾ ਗੱਲ ਖਰਾਬ ਹੋਵੇ ਤਾਂ ਇਹਨਾਂ ਦੀ ਗੱਲ ਮੰਨੋ, ਇਹਨਾਂ ਨੇ ਜਿਹੜੇ ਜਿਹੜੇ ਨੁਸਖੇ ਦੱਸੇ ਆ ਉਹਦੇ ਵਿੱਚੋਂ ਕੋਈ ਇੱਕ ਦੋ ਅਪਣਾ ਲਓ ਜਿਵੇਂ ਜੇ ਤੁਹਾਨੂੰ ਠੀਕ ਲੱਗੇ। ਬਿਲਕੁਲ ਸਹੀ ਕਿਹਾ ਤੁਸੀਂ, ਬਾਕੀ ਗੱਲ ਇਹ ਆ ਵੀ ਅਸੀਂ ਜ਼ਰੂਰ ਤੁਹਾਨੂੰ ਵੀ ਇੱਕ ਦਿਨ ਮੌਕਾ ਦੇਣਾ ਵੀ ਜਿਹੜੀਆਂ ਜਿਹੜੀਆਂ ਤੁਸੀਂ ਚੀਜ਼ਾਂ ਸਿੱਖੀਆਂ ਨੇ ਘਰੇ ਉਹ ਸਾਰੀਆਂ ਤੁਸੀਂ ਇੱਥੇ ਸਾਨੂੰ ਦੱਸੋ। ਬਿਲਕੁਲ ਠੀਕ ਹੈ ਜੀ, ਬਾਕੀ ਫਿਲਹਾਲ ਹੁਣ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਮੁਕਾਉਣ ਦਾ ਸਮਾਂ ਹੋ ਗਿਆ ਤੇ ਇੱਕ ਮੈਂ ਸੁਨੇਹਾ ਜ਼ਰੂਰ ਜਾਂਦੇ ਜਾਂਦੇ ਦੇ ਦਿਆਂ ਕਿ ਸਾਡਾ ਜੀ ਕਲੋਲਾਂ ਕਰਕੇ ਵੀ ਇੱਕ ਪ੍ਰੋਗਰਾਮ ਹੈ, ਉਹਨੂੰ ਜ਼ਰੂਰ ਵੇਖਿਆ ਕਰੋ, ਜ਼ਰੂਰ ਪਿਆਰ ਦਿਆ ਕਰੋ। ਉਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੁਹਾਡੇ ਲਈ, ਉਹਨਾਂ ਨੂੰ ਜ਼ਰੂਰ ਪਿਆਰ ਦਿਆ ਕਰੋ ਕਿਉਂਕਿ ਤੁਹਾਡਾ ਪਿਆਰ ਮਿਲੇਗਾ ਤੇ ਆਪਾਂ ਸਾਰੇ ਰਲ ਮਿਲ ਅੱਗੇ ਵਧਾਂਗੇ। ਤੁਹਾਡਾ ਪਿਆਰ ਸਾਡੇ ਲਈ ਪੈਟਰੋਲ ਦੀ ਤਰ੍ਹਾਂ, ਉਹ ਸਾਡੇ ਅੰਦਰ ਜਾਨ ਪਾਉਂਦਾ ਰਹਿੰਦਾ ਹੈ ਨਾ, ਊਰਜਾ ਦਿੰਦਾ, ਊਰਜਾ ਊਰਜਾ ਦਿੰਦਾ ਸਾਨੂੰ। ਸੋ ਆਪਣੇ ਜਿਹੜੇ ਵਿਚਾਰ ਨੇ ਉਹ ਵਟਸਐਪ ਦੇ ਜ਼ਰੀਏ ਸਾਡੇ ਤਾਈਂ ਪਹੁੰਚਾ ਸਕਦੇ ਹੋ। ਹੁਣ ਵਟਸਐਪ ਤਾਂ ਵਟਸਐਪ ਹੀ ਆ, ਉਹ ਤਾਂ ਬਿਲਕੁਲ, ਹਾਂ ਵਟਸਐਪ ਦੇ ਜ਼ਰੀਏ ਪਹੁੰਚਾ ਸਕਦੇ ਹੋ ਜਾਂ ਫੇਸਬੁੱਕ ਦੇ ਉੱਪਰ ਜਦੋਂ ਵੀ ਸਾਡੀਆਂ ਵੀਡੀਓਜ਼ ਪਲੇ ਹੁੰਦੀਆਂ ਨੇ ਉਹਦੇ ਥੱਲੇ ਆਪਣੇ ਕਮੈਂਟ ਦੇ ਜ਼ਰੀਏ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ। ਯੂਟਿਊਬ ਦੇ ਉੱਪਰ ਸਾਡਾ ਚੈਨਲ ਹੈ, ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ, ਸਾਡੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ। ਬਾਕੀ ਫਿਲਹਾਲ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।